1978 ਦੇ ਸਾਕੇ ਦਾ ਜਿਹੜਾ ਮੁੱਖ ਦੋਸ਼ੀ ਆ ਉਹ ਬਾਦਲ ਪਰਿਵਾਰ ਆ, ਬਾਦਲ ਸਰਕਾਰ ਆ ਤੇ ਬਾਦਲ ਸਾਹਿਬ। ਸਿੱਖਾਂ ਦਾ ਕਤਲੇਆਮ ਹੋਇਆ, ਉਧਰੋਂ ਪੁਲਿਸ ਨੇ ਤੇ ਉਧਰੋਂ ਨਰਕਧਾਰੀਆਂ ਨੇ ਗੋਲੀ ਚਲਾਈ, ਸਿੱਖਾਂ ਦਾ 13-14 ਸਿੱਖ ਇੱਥੇ ਸ਼ਹੀਦ ਹੋ। ਅੰਮ੍ਰਿਤਸਰ ਦੀ ਧਰਤੀ ਹੋਵੇ, ਸਿੱਖਾਂ ਦਾ ਸਭ ਤੋਂ ਵੱਡਾ ਖਾਲਸਾ ਸਾਧਨਾ ਦਿਹਾੜਾ ਮਨਾਉਣਾ ਹੋਵੇ, ਉਸ ਦਿਨ ਸਿੱਖੀ ਦੇ ਦੁਸ਼ਮਣਾਂ ਨੂੰ ਪੰਜਾਬ ਦੇ ਵਿੱਚ ਆਪਦੀ ਸਰਕਾਰ ਦੇ ਹੁੰਦਿਆਂ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਤਾਂ ਦਿੱਤੀ ਕਿਉਂ? ਉਹਨਾਂ ਸਾਰਿਆਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਸਿੱਖਾਂ ਦੇ ਡੁੱਲੇ ਖੂਨ ਦੀ ਪਰਵਾਹ ਨਹੀਂ ਕੀਤੀ, ਬਾਦਲ ਪਰਿਵਾਰ ਨੂੰ, ਬਾਦਲ ਸਰਕਾਰ ਨੂੰ, ਬਾਦਲ ਸਾਹਿਬ ਨੂੰ, ਇਸ ਵੀ ਕਿਤੇ ਨਰਕਧਾਰੀਆਂ ਨੂੰ ਨਾ ਕਿਤੇ ਕੁਛ ਹੋਵੇ। ਕਹਿੰਦੇ ਆ ਵੀ ਸਰਕਾਰੀ ਗੱਡੀ 'ਚ ਬਿਠਾ ਕੇ ਇਹਨੂੰ ਪੰਜਾਬ ਦੀ ਸਰਹੱਦ ਪਾਰ ਕਰਾਉਣ ਬਾਦਲ ਨੇ ਆਪ ਪੂਰੇ ਕਾਰ ਸਰਕਾਰੀ ਭੇਜੀ। ਜਿਵੇਂ ਸਿੱਖਾਂ ਨੂੰ ਜਲੀਲ ਕੀਤਾ ਕਿ 6ਵੇਂ ਪਾਤਸ਼ਾਹ ਦਾ 52 ਛੁਡਵਾ ਕੇ ਲਿਆਏ ਸੀ, ਸਾਡੇ ਨਰਕਧਾਰੀ ਬਾਬੇ ਨੇ ਇੰਨੇ ਛੁਡਾਏ ਆ, ਵੱਧ ਹੀ ਛੁਡਾਏ ਆ 10। ਹੁਣ ਇਸ ਤਰੀਕੇ ਦਾ ਮਾਹੌਲ ਕਿਹਨੇ ਤਿਆਰ ਕਰਾਇਆ? ਉਸ ਬਾਦਲ ਪਰਿਵਾਰ ਨੇ, ਉਸ ਬਾਦਲ ਸਰਕਾਰ ਨੇ, ਉਸ ਬਾਦਲ ਸਾਹਿਬ ਨੇ, ਜਿਹਨੂੰ ਕਹਿੰਦੇ ਆ ਜੀ ਉਹ ਫਖਰੇ ਕੌਮ। ਜਦੋਂ 1978 ਦੇ ਵਿੱਚ ਇਹ ਸਾਰਾ ਕੰਮ ਕੀਤਾ, ਸਿੱਖਾਂ ਦੀ ਪੱਗ ਪੈਰਾਂ 'ਚ ਰੁਲਦੀ ਫਿਰਦੀ ਸੀ, ਜਿਹੜੀ ਸਿੱਖ ਨੌਜਵਾਨਾਂ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਬਾਅਦ 'ਚ ਜਥੇਦਾਰ ਥਾਪਿਆ ਗਿਆ, ਇਹ ਨਾਲ ਭਾਈ ਕਾਬਲ ਸਿੰਘ ਉਰਫ ਨਿਰੰਤਰ ਸਿੰਘ ਪਿੰਡ ਮੱਲ ਕਟੋਰਾ ਨੇੜੇ ਬਲੋਟ, ਉਹਨਾਂ ਨੇ ਤੇ ਹੋਰ ਗੁਰਸਿੱਖਾਂ ਨੇ ਰਲ ਕੇ ਦਿੱਲੀ ਦੇ ਵਿੱਚ ਜਾ ਕੇ ਉਸ ਦੁਸ਼ਟ ਨੂੰ ਸੋਧਾ ਲਾਇਆ। ਜੋ ਇਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਕੂੜ ਪ੍ਰਚਾਰ ਕੀਤਾ, ਜਿਵੇਂ ਕਦੇ ਉਹਨੂੰ ਚੰਬਲ ਦਾ ਡਾਕੂ, ਕਦੇ ਕਾਂਗਰਸ ਦਾ ਏਜੰਟ, ਤੇ ਇਸ ਸਾਰੇ ਕਾਸੇ ਦੇ ਵਿੱਚ ਸਭ ਤੋਂ ਨੀਚਤਾ ਵਾਲਾ ਜਿਹੜਾ ਪ੍ਰਕਰਨ ਆ ਉਹ ਹੈਗਾ ਗੁਰਚਰਨ ਸਕੱਤਰ ਦੇ ਰਾਹੀਂ ਸੰਤ ਭਿੰਡਰਾਂ ਵਾਲਿਆਂ ਨੂੰ ਕਤਲ ਕਰਾਉਣ ਦੀ ਸਾਜ਼ਿਸ਼। ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਵਿਸਾਖੀ ਵਾਲੇ ਦਿਨ ਤੋਂ ਅਗਲੇ ਦਿਨ 14 ਤਰੀਕ ਨੂੰ 84 ਦੇ ਵਿੱਚ ਅਕਾਲੀ ਲੀਡਰਸ਼ਿਪ ਨੇ ਕਰਵਾਇਆ, ਤੇ ਸਾਡੇ ਇੱਥੇ ਕਹਿੰਦੇ ਜੀ ਇਹ ਬੰਦੇ ਬੜੇ ਵਧੀਆ ਜੀ, ਇਹਨਾਂ ਨੇ ਤਾਂ ਮਨਜੀਵੜੇ ਬਣਾਏ ਸੀ। ਇਹਨਾਂ ਦੇ ਕੋਲੇ ਸੱਤਾ ਆਵੇ ਨਾ ਆਵੇ, ਕਾਂਗਰਸ ਨੇ ਵੀ ਜ਼ੁਲਮ ਕਰਨਾ, ਇਹਨਾਂ ਨੇ ਵੀ ਜ਼ੁਲਮ ਕਰਨਾ, ਇਹਨਾਂ ਨੇ ਵੀ ਨਰਕਧਾਰੀਆਂ ਦਾ ਸਾਥ ਦੇਣਾ, ਸਰਸੇ ਵਾਲਿਆਂ ਦਾ ਸਾਥ ਦੇਣਾ, ਸਿੱਖਾਂ ਦੇ ਛਿੱਤਰ ਫੇਰਨਾ, ਉਹਨਾਂ ਨੇ ਵੀ ਸਿੱਖਾਂ ਦੇ ਛਿੱਤਰ ਫੇਰਨਾ, ਤੇ ਇਸ ਮੁਲਕ ਦੇ ਸਿਸਟਮ ਵਿੱਚੋਂ ਆਪਾਂ ਭਾਲਦੇ ਕੀ ਹੈ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ, ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਨੇ, ਤੇ ਚੋਣਾਂ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਵਾ ਇਹਦੇ ਵਿੱਚ ਜੋ ਘਟਨਾਕ੍ਰਮ ਵਾਪਰ ਰਹੇ ਨੇ ਉਹਨਾਂ ਦੀ ਵੀ ਗੱਲ ਕਰਨ ਤੋਂ ਰਿਹਾ ਨਹੀਂ ਜਾਂਦਾ, ਪਰ ਨਾਲ ਦੀ ਨਾਲ ਜਿਹੜਾ ਸਾਡਾ ਇਤਿਹਾਸ ਆ ਜੋ ਸਾਡੀ ਕੌਮ ਨਾਲ ਵਾਪਰਿਆ ਉਹਦਾ ਚਰਚਾ ਹੋਣਾ ਬੜਾ ਜ਼ਰੂਰੀ ਹੈ। ਉਹ ਅੱਜ ਵੀ ਆਪਾਂ ਕੱਲ੍ਹ ਵਾਲੇ ਹਿਸਾਬ ਕਿਤਾਬ ਦੇ ਵਿੱਚ ਹੀ ਗੱਲ ਸ਼ੁਰੂ ਕਰਦੇ ਹਾਂ। ਬੜਾ ਰੌਲਾ ਪਿਆ ਹੋਇਆ ਵੀ ਮਲੂਕੇ ਦੀ ਨੂੰਹ ਅਤੇ ਮਲੂਕੇ ਦਾ ਬੇਟਾ ਜਿਹੜਾ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ, ਤੇ ਉਹਨਾਂ ਦਾ ਕਹਿਣਾ ਇਹ ਆ ਕਿ ਖਾਸ ਤੌਰ ਤੇ ਜਿਹੜੀ ਨੂੰਹ ਰਾਣੀ ਆ ਬੀਬਾ ਪਰਮਪਾਲ ਕੌਰ ਸਿੱਧੂ, ਵੀ ਮੈਂ ਤਾਂ ਹਜੇ ਆਪਦਾ ਸਿਆਸੀ ਜੀਵਨ ਸ਼ੁਰੂ ਕੀਤਾ, ਮੈਂ ਕਿਹੜਾ ਬਾਦਲ ਦਲ ਵਿੱਚ ਸੀਗੀ ਜਾਂ ਅਕਾਲੀ ਦਲ ਚ ਸੀਗੀ, ਮੈਂ ਤਾਂ ਪਹਿਲਾਂ ਜੋਬ ਕਰਦੀ ਸੀ, ਨੌਕਰੀ ਕਰਦੀ ਸੀ, ਤੇ ਹੁਣ ਮੈਂ ਭਾਜਪਾ ਜਿਹੜੀ ਆ ਉੱਥੋਂ ਆਪਦੀ ਲਾਈਫ ਸ਼ੁਰੂ ਕੀਤੀ ਆ। ਪੱਤਰਕਾਰਾਂ ਨੇ ਪੁੱਛਿਆ
ਵੀ ਤੁਸੀਂ ਫਿਰ ਅਕਾਲੀ ਦਲ ਵੱਲ ਕਿਉਂ ਨਹੀਂ ਚਲੇ ਗਏ? ਉਹ ਕਹਿੰਦੇ ਮੈਨੂੰ ਅਕਾਲੀ ਦਲ ਦਾ ਭਵਿੱਖ ਨਹੀਂ ਦਿਖਦਾ, ਅਗਲੀ ਸਰਕਾਰ ਆ ਜਿਹੜੀ ਉਹ ਭਾਜਪਾ ਦੀ ਬਣ ਜਾ ਰਹੀ ਆ, ਤੇ ਇਸ ਕਰਕੇ ਮੈਨੂੰ ਲੱਗਿਆ ਕਿ ਮੈਂ ਭਾਜਪਾ ਰਾਹੀਂ, ਜਿਨ੍ਹਾਂ ਦੀ ਇਸ ਵੇਲੇ ਕੇਂਦਰ ਚ ਬੜੀ ਮਜ਼ਬੂਤ ਸਰਕਾਰ ਆ, ਵਿਕਾਸ ਬੜਾ ਹੋ ਰਿਹਾ, ਇਸ ਸਾਰੇ ਮਾਮਲੇ ਵਿੱਚ ਕਈ ਪੱਖ ਨੇ। ਇੱਕ ਤਾਂ ਇਹ ਆ ਵੀ ਜੇ ਅਕਾਲੀ ਦਲ ਦੇ ਘੈਂਟ ਤੋਂ ਘੈਂਟ ਵੱਡੇ ਥੰਮ ਪਰਿਵਾਰਾਂ ਨੂੰ ਇਹ ਲੱਗਦਾ ਕਿ ਭਾਜਪਾ ਹੀ ਇਸ ਦੇਸ਼ ਦਾ ਭਵਿੱਖ ਆ, ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣ ਜਾ ਰਹੀ ਆ, ਤਾਂ ਫਿਰ ਇਹ ਅਕਾਲੀ ਲਾਣਾ ਹੁਣ ਤੀਕਰ ਕਿਉਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦਾ? ਇਹੋ ਜਿਹੀਆਂ ਹੀ ਗੱਲਾਂ ਕਰ ਕਰਾ ਕੇ ਉਦੋਂ ਮਨਜਿੰਦਰ ਸਿੰਘ ਸਰਸੇ ਹੁਣੀ ਗਏ ਸੀਗੇ ਬੀਜੇਪੀ ਚ ਕਿ ਅਸੀਂ ਅਕਾਲੀ ਦਲ ਵਿੱਚ ਬਾਦਲ ਦਲ ਵਿੱਚ ਰਹਿ ਕੇ ਕੁਛ ਨਹੀਂ ਖੱਟ ਕਮਾ ਸਕਦੇ, ਤੇ ਜੇ ਕੁਛ ਕੌਮ ਦਾ ਬਣਾਉਣਾ ਤਾਂ ਫਿਰ ਸਾਨੂੰ ਬੀਜੇਪੀ ਜੁਆਇਨ ਕਰਨੀ ਪੈਣੀ। ਉਹਨਾਂ ਨੇ ਉਸ ਮੌਕੇ ਇਹ ਵੀ ਗੱਲਾਂ ਆਖੀਆਂ ਸੀ ਮਨਜਿੰਦਰ ਸਿੰਘ ਸਰਸੇ ਉਹਨਾਂ ਨੇ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਚੋਣ ਲੜਨੀ ਸੀ ਤਾਂ ਸਾਨੂੰ ਇਹ ਆਖਿਆ ਜਾ ਰਿਹਾ ਸੀਗਾ ਵੀ ਆਪਾਂ ਬੀਜੇਪੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਲਈਏ, ਤੇ ਜੇਕਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਵੋਟ ਹੀ ਨਹੀਂ ਪੈਂਦੀ ਫਿਰ ਅਸੀਂ ਅਕਾਲੀ ਦਲ ਚ ਰਹਿ ਕੇ ਲੈਣਾ ਕੀ, ਅਸੀਂ ਤਾਂ ਸਿਆਸੀ ਬੰਦੇ ਆ, ਫਿਰ ਅਸੀਂ ਸਿੱਧਾ ਬੀਜੇਪੀ ਚ ਆ ਗਏ। ਇਹੋ ਜਿਹੀ ਹੀ ਗੱਲ ਪੰਜਾਬ ਦੇ ਵਿੱਚ ਹੁਣ ਸਿੱਖ ਸਫਾਂ ਦੇ ਵਿੱਚ, ਅਕਾਲੀ ਸਫਾਂ ਚ ਚੱਲ ਪਈ ਆ ਵੀ ਜੇਕਰ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਭੋਗ ਪੈ ਰਿਹਾ ਜਾਂ ਭੋਗ ਪੈ ਚੁੱਕਿਆ ਤੇ ਫਿਰ ਆਪਾਂ ਇੱਥੋਂ ਲੈਣਾ ਕੀ ਆ, ਚੁੱਪ ਕਰਕੇ ਆਪਾਂ ਭਾਜਪਾ ਚ ਚੱਲਦੇ ਹਾਂ ਜਿਹਨਾਂ ਕੋਲੇ ਕੇਂਦਰ ਚ ਵੀ ਸਰਕਾਰ ਆ। ਐਸ ਵਾਰ ਉਹ ਕਹਿੰਦੇ ਆ ਵੀ 400 ਤੋਂ ਅੰਕੜਾ ਪਾਰ ਲੈ ਜਾਣਾ ਤੇ ਅਗਲੀ ਸਰਕਾਰ ਵੀ ਸ਼ਾਇਦ ਪੰਜਾਬ ਚ ਭਾਜਪਾ ਦੀ ਬਣ ਜੇ, ਜੋ ਕੁਝ ਮਲੂਕੇ ਵਰਗੇ ਪਰਿਵਾਰ ਦੇ ਬੱਚਿਆਂ ਦਾ ਕਹਿਣਾ, ਫਿਰ ਉਹ ਬਾਕੀ ਲੋਕਾਂ ਨੂੰ ਵੀ ਇਹੀ ਸਭ ਕਹੂ। ਸੋ ਸਾਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਇੱਕ ਹੋੜ ਲੱਗੀ ਪਈ ਆ, ਬਹਾਨੇ ਭਾਲਦੇ ਫਿਰਦੇ ਆ ਬਾਦਲ ਦਲ ਦੇ ਲੀਡਰ ਵੀ ਸਾਨੂੰ ਕਿਸੇ ਤਰੀਕੇ ਨਾਲ ਭਾਜਪਾ ਚ ਲੈ ਜਾਓ। ਜਦੋਂ ਬਾਦਲ ਦਲ ਨਾਲ ਭਾਜਪਾ ਦੀ ਸਾਂਝ ਪਈ ਸੀ ਉਦੋਂ ਵੀ ਬਹੁਤ ਸਾਰੇ ਸੂਝਵਾਨ ਲੋਕਾਂ ਨੇ, ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗਿਆਂ ਨੇ ਵੀ ਇਹ ਮਤਾਂ ਦਿੱਤੀਆਂ ਸੀਗੀਆਂ ਵੀ ਦੇਖਿਓ ਕਿਤੇ ਮਹਿੰਗਾ ਨਾ ਪੈ ਜਾਏ ਜਲਸਾ, ਤੇ ਮਹਿੰਗਾ ਪੈ ਰਿਹਾ। ਜਿੰਨਾ ਟਾਈਮ ਵੱਡਾ ਬਾਦਲ ਬੈਠਾ ਰਿਹਾ ਲੀਡਰਸ਼ਿਪ ਜਿਹੜੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੁਕ ਹੀ ਰਹੀ, ਹੁਣ ਤਾਂ ਹਰੇਕ ਹੀ ਰੱਸੇ ਤਣਾ ਤਣਾ ਕੇ ਭੱਜਦਾ ਤੇ ਬਾਦਲ ਦਲ ਨੂੰ ਬਾਏ ਬਾਏ ਕਰਕੇ ਸਾਰੇ ਭਾਜਪਾ ਵੱਲ ਨੂੰ ਜਾ ਰਹੇ। ਤੇ ਅੱਜ ਸਵੇਰੋਂ ਸਾਧਰੇ ਦੱਸਦੇ ਆ ਵੀ ਬਾਦਲ ਪਿੰਡ ਦੇ ਵਿੱਚ ਬੜੀ ਹੰਗਾਮੀ ਮੀਟਿੰਗ ਹੋਈ ਆ ਜਿੱਥੇ ਮਲੂਕਾ ਸਾਹਿਬ ਦੇ ਪਰਕ ਉਤਰੇ ਗਏ ਨੇ। ਇੱਥੇ ਇੱਕ ਗੱਲ ਦੱਸਣ ਵਾਲੀ ਬਣਦੀ ਆ ਵੀ ਜਿੰਨਾ ਟਾਈਮ ਬਾਦਲ ਦਲ ਦੀ ਚੜ੍ਹਾਈ ਰਹੀ ਆ ਉਹਨਾਂ ਟਾਈਮ ਇਹਨੇ ਮਲੂਕੇ ਨੇ ਕਿਸੇ ਨੂੰ ਛੱਡਿਆ ਨਹੀਂ। ਇੱਕ ਤਾਂ ਰੌਲਾ ਉਹ ਸੀ ਨਾ ਜਦੋਂ ਅਰਦਾਸ ਵਿੱਚ ਜਾਣ ਬੁੱਝ ਕੇ ਬਾਹਮਣਵਾਦੀਆਂ ਨੂੰ ਖੁਸ਼ ਕਰਨ ਲਈ ਬਦਲਾਅ ਕੀਤਾ ਸੀ, ਬੜਾ ਉਦੋਂ ਤੋਏ ਤੋਏ ਹੋਈ ਸੀ। ਤੇ ਇਹ ਤੋਂ ਬਿਨਾਂ ਮਤਲਬ ਬਾਦਲਕਿਆਂ ਦੇ ਹੁਕਮ ਵਜਾਉਂਦਿਆਂ ਹੋਇਆਂ ਇੱਕ ਵਾਰੀ ਇੱਕ ਵੱਡੇ ਜਲਸੇ ਦੇ ਵਿੱਚ ਕੁੱਟ ਕਟਾਪਾ ਕਰਨ ਲਈ ਇੱਕ ਪੂਰਾ ਬਠਿੰਡੇ ਦਾ ਬ੍ਰਿਗੇਡ ਕਾਇਮ ਕੀਤਾ ਜਿਹਦੇ ਵਿੱਚ ਮਾੜੇ ਅਨਸਰ ਭਰਤੀ ਕਰਕੇ ਲੋਕਾਂ ਨੂੰ ਜਿਹੜੇ ਆਪਦੀਆਂ ਵਿਚਾਰੇ ਬੇਨਤੀਆਂ ਕਰਨ ਲਈ ਬਾਦਲ ਪਰਿਵਾਰ ਨੂੰ ਮਿਲਣਾ ਚਾਹੁੰਦੇ ਹੁੰਦੇ ਸੀ ਬੀਬਾ ਹਰਸਿਮਰਤ ਕੌਰ ਨੂੰ, ਉਹਨਾਂ ਦੇ ਛਤਰ ਫੇਰਨ ਦਾ ਕੰਮ ਮਲੂਕੇ ਕੋਲ ਹੁੰਦਾ ਸੀ। ਤੋ ਅੱਜ ਜਿਹੜਾ ਮਲੂਕਾ ਜਿਹਨੇ ਇਸ ਬਾਦਲ ਸਰਕਾਰ ਦਾ ਪੂਰਾ ਲਾਹਾ ਵੀ ਲਿਆ ਤੇ ਆਪਦੀ ਸੱਤਾ ਦਾ ਨਜ਼ਾਰਾ ਵੀ ਮਾਣਿਆ, ਅੱਜ ਜੇ ਮਲੂਕਾ ਭੱਜ ਗਿਆ ਤਾਂ ਬਾਕੀ ਜਿਹੜੇ ਨੇ ਉਹਨਾਂ ਬਾਰੇ ਕੋਈ ਗਰੰਟੀ ਰਹੀ ਨਹੀਂ। ਇਸ ਕਰਕੇ ਅੱਜ ਸੁਖਬੀਰ ਬਾਦਲ ਤੇ ਉਹਦੀ ਪਾਰਟੀ ਦੇ ਜਿਹੜੇ ਉਹਨੂੰ ਲੱਗਦਾ ਹਜੇ ਵੀ ਜਿਹਨਾਂ ਤੇ ਆਸ ਆ ਉਹਨੂੰ, ਉਹ ਸਾਰੇ ਇਕੱਠੇ ਹੋ ਕੇ ਉੱਥੇ ਬੈਠੇ ਸੀਗੇ ਤੇ ਕਹਿੰਦੇ ਵੀ ਜਨਮੇਜਾ ਸਿੰਘ ਸੇਖੋਂ ਨੂੰ ਸਾਰੇ ਅਧਿਕਾਰ ਜਿਹੜੇ ਨੇ ਮਲੂਕੇ ਤੋਂ ਲੈ ਕੇ ਦਿੱਤੇ ਜਾ ਰਹੇ ਨੇ।
ਮਨੁੱਖਾ ਇਹਨਾਂ ਨੇ ਬਣਾਇਆ ਹੋਇਆ ਸੀ ਅਨੁਸ਼ਾਸਨੀ ਕਮੇਟੀ ਦਾ ਮੁਖੀ। ਪਿਛਲੇ 3 ਸਾਲਾਂ ਚ 2 ਸਾਲਾਂ ਚ ਜਿਹੜੇ ਜਿਹੜੇ ਬਾਦਲ ਦਲ ਦੇ ਲੀਡਰ ਨੂੰ ਭਜਾਉਣਾ ਸੀਗਾ ਉਹਨਾਂ ਸਾਰਿਆਂ ਨੂੰ ਭਜਾਉਣ ਦਾ ਠੇਕਾ ਮਲੂਕਾ ਸਾਹਿਬ ਕੋਲੇ ਸੀ। ਸਿੱਧੀ ਖਬਰ ਆਉਂਦੀ ਹੁੰਦੀ ਸੀਗੀ ਕਿ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ ਆ, ਉਹ ਨਾ ਤਾਂ ਕੋਈ ਮੀਟਿੰਗ ਹੋਣੀ ਨਾ ਕਰਨੀ, ਸਿੱਧਾ ਬਸ ਬੰਬ ਵਾਂਗੂ ਅਗਲੇ ਤੇ ਖਬਰ ਡਿੱਗਣੀ ਆ ਕੇ ਬੈਠੇ ਨੂੰ ਵੀ ਤੈਨੂੰ ਪਾਰਟੀ ਚੋਂ ਕੱਢਿਆ ਜਾਂਦਾ। ਬੜੇ ਕੱਢੇ ਆ ਮਲੂਕੇ ਨੇ। ਅੱਜ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਨੂੰ ਲੱਗ ਸਕਦਾ ਕਿ ਕਿਤੇ ਉਦੋਂ ਭਾਜਪਾ ਦੇ ਕਹਿਣ ਤੇ ਤਾਂ ਨੀ ਮਲੂਕਾ ਸਾਡੀ ਪਾਰਟੀ ਨੂੰ ਕਮਜ਼ੋਰ ਕਰੀ ਗਿਆ, ਕਿਉਂਕਿ ਜਿੰਨਿਆਂ ਕੋ ਨੂੰ ਭਜਾਇਆ ਉਹ ਸਾਰੇ ਘਰੇ ਤਾਂ ਬੈਠੇ ਨੀ, ਉਹ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਦਲ ਦਲ ਦੇ ਵਿਰੋਧੀ ਬਣੇ ਵੀ। ਅਸੀਂ ਚੰਗੇ ਭਰਾ ਪੰਥ ਦੀ ਆਪਣੇ ਪਾਰਟੀ ਦੀ ਸੇਵਾ ਕਰਦੇ ਸੀ ਤੇ ਸਾਨੂੰ ਇਹਨਾਂ ਨੇ ਡੱਕਰਤਾ। ਪਰ ਇੱਕ ਗੱਲ ਇੱਥੇ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਾਲਾ ਪ੍ਰਕਰਨ, ਜਿਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲਾ ਤੇ ਸਿੱਖੀ ਦੇ ਦੁਸ਼ਮਣਾਂ ਦੀ ਤੂਤੀ ਬੁਲਾਈ ਜਿਵੇਂ ਇਹਨਾਂ ਨੇ, ਉਹ ਸਾਰੇ ਕਾਸੇ ਦੇ ਲਈ ਸੰਗਤਾਂ ਨੇ ਅਰਦਾਸਾਂ ਕੀਤੀਆਂ ਸੀ। ਚੇਤੇ ਕਰੋ ਜਦੋਂ 2007 ਵਾਲੀ ਇਲੈਕਸ਼ਨ ਆਈ, ਮਾਫ ਕਰਨਾ 17 ਵਾਲੀ, 15 ਦੇ ਵਿੱਚ ਬੇਅਦਬੀਆਂ ਹੋਈਆਂ ਤੇ ਉਦੋਂ ਨਾ ਪੱਤਰਕਾਰਾਂ ਨੇ ਇਹ ਜਦੋਂ ਖਬਰ ਸੁਣੀ ਤੇ ਗੁਰਜਨ ਸਿੰਘ ਜਥੇਦਾਰ ਨੂੰ ਪੁੱਛੀ ਇਹਨਾਂ ਦੇ ਨੂੰ ਕਿ ਜੀ ਪਤਾ ਲੱਗਿਆ ਵੀ ਡੇਰਾ ਸਰਸੇ ਵਾਲੇ ਜਿਨ੍ਹਾਂ ਦੇ ਉੱਤੇ ਸਲਾਵਤਪੁਰਾ ਕਾਂਡ, ਜਿਨ੍ਹਾਂ ਦੇ ਉੱਤੇ ਬਰਗਾੜੀ ਕਾਂਡ, ਜਿਨ੍ਹਾਂ ਦੇ ਉੱਤੇ ਹੋਰ ਬੇਅਦਬੀਆਂ ਦਾ ਦੋਸ਼ ਹੈ, ਉਹਨਾਂ ਦੇ ਪ੍ਰੋਗਰਾਮ ਚ ਜਾ ਕੇ ਬਾਦਲ ਦਲ ਦੀ ਲੀਡਰਸ਼ਿਪ ਵੋਟਾਂ ਮੰਗਣ ਨੂੰ ਫਿਰਦੀ ਹੈ। ਤੇ ਤੁਸੀਂ ਦੱਸੋ ਹੁਣ ਤਾਂ ਹੁਕਮਨਾਮਾ ਜਾਰੀ ਹੋਇਆ ਹੋਇਆ ਅਕਾਲ ਤਖ਼ਤ ਸਾਹਿਬ ਤੋਂ, ਤਾਂ ਜਥੇਦਾਰ ਗੁਰਬਚਨ ਸਿੰਘ ਕਹਿੰਦਾ ਵੀ ਜੇ ਬਾਦਲ ਦਲ ਵਾਲੇ ਜਾਂ ਕੋਈ ਵੀ ਲੀਡਰ ਜਾਣਗੇ ਉਹਨਾਂ ਤੇ ਕਾਰਵਾਈ ਕਰਾਂਗੇ। ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਬਹਿ ਕੇ ਫੈਸਲਾ ਇਹ ਕੀਤਾ ਵੀ 4 ਦਿਨ ਭਾਂਡੇ ਮਾਜ ਲਾਂਗੇ ਪਰ ਵੋਟਾਂ ਸਰਸੇ ਵਾਲੀਆਂ ਜ਼ਰੂਰ ਲੈਣੀਆਂ, ਸਿੱਖਾਂ ਦਾ ਆਪਾਂ ਨੂੰ ਵੋਟ ਹੀ ਨਹੀਂ ਪਾਉਣੀ। ਸੋ ਇਹਨਾਂ ਨੇ ਰਾਮਪੁਰਾ ਫੂਲ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਉੱਥੇ ਉਹਨਾਂ ਨਾਲ ਵਾਅਦਾ ਕੀਤਾ ਵੀ ਜੇਕਰ ਸਾਡੀ ਸਰਕਾਰ ਬਣ ਗਈ ਤਾਂ ਪੰਜਾਬ ਦੇ ਵਿੱਚ ਅਸੀਂ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ, ਆਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਬੜੇ ਇਹਨਾਂ ਨੇ ਉੱਥੇ ਫੋਕੇ ਪੈਂਟਰ ਮਾਰੇ ਤੇ ਬਾਅਦ ਵਿੱਚ ਜਦੋਂ ਇਲੈਕਸ਼ਨਾਂ ਦਾ ਦੌਰ ਆਇਆ ਇਸ ਗੱਲ ਦੀ ਜਦੋਂ ਮਾਲਵੇ ਦੇ ਉਹਨਾਂ ਪਿੰਡਾਂ ਚ ਖਬਰ ਪਹੁੰਚੀ ਤਾਂ ਪਿੰਡਾਂ ਦੇ ਸੱਥਾਂ ਦੇ ਵਿੱਚ ਬੈਠਣ ਵਾਲੇ ਬਜ਼ੁਰਗ ਬੰਦੇ ਜਿਨ੍ਹਾਂ ਨੇ ਸਾਰੀ ਉਮਰ ਅਕਾਲੀ ਦਲ ਤੋਂ ਬਗੈਰ ਕਿਸੇ ਹੋਰ ਪਾਰਟੀ ਨੂੰ ਵੋਟ ਹੀ ਨਹੀਂ ਪਾਈ, ਜਿਹੜੇ ਹਮੇਸ਼ਾ ਇਹ ਸੋਚਦੇ ਨੇ ਕਿ ਕਾਂਗਰਸ ਵਰਗੀ ਭੈੜੀ ਜਮਾਤ ਕੋਈ ਹੋ ਨਹੀਂ ਸਕਦੀ, ਜਿਨ੍ਹਾਂ ਨੂੰ ਭਾਜਪਾ ਤੇ ਵੀ ਅੰਤਾਂ ਦਾ ਗੁੱਸਾ, ਜਿਨ੍ਹਾਂ ਨੂੰ ਹੋਰ ਕੋਈ ਸਿਆਸੀ ਦਲ ਦੇ ਵਿੱਚੋਂ ਕਦੇ ਕੁਛ ਲੱਗਿਆ ਹੀ ਨਹੀਂ, ਜਿਨ੍ਹਾਂ ਨੇ ਜਦੋਂ ਤੋਂ ਵੋਟਾਂ ਪਾਉਣੀਆਂ ਸ਼ੁਰੂ ਕੀਤੀਆਂ ਤੱਕੜੀ ਨੂੰ ਵੀ ਪੰਥ ਦਾ ਚੋਣ ਨਿਸ਼ਾਨ ਮੰਨੇ, ਉਹਨਾਂ ਨੂੰ ਵੀ ਉਦੋਂ ਲੱਗਿਆ ਵੀ ਆਹ ਤਾਂ ਕਹਿਰ ਵਾਲੀ ਗੱਲ ਹੈ ਤੇ ਜੇ ਕਿਤੇ ਇਹਨਾਂ ਦੀ ਸਰਕਾਰ ਬਣ ਗਈ ਇਹ ਪੰਜਾਬ ਦੀ ਧਰਤੀ ਉੱਤੇ ਲਹੂ ਦਾ ਦਰਿਆ ਵਗੂਗਾ, ਕਿਉਂਕਿ ਸਰਕਾਰ ਨੇ ਪੁਲਿਸ ਵਾਲਿਆਂ ਨੂੰ ਹਥਿਆਰਬੰਦ ਕੋਲੇ ਖੜਾ ਕਰ ਦੇਣਾ ਵੀ ਤੁਸੀਂ ਕਰੋ ਨਾਮ ਚਰਚਾ, ਅਸੀਂ ਦੇਖਦੇ ਹਾਂ ਕਿਹੜਾ ਆਉਂਦਾ। ਸਾਡੇ ਸਿੱਖ ਨੌਜਵਾਨ ਬੱਚੇ ਬੱਚੀਆਂ ਰੋਕਣ ਜਾਣਗੇ, ਸਿੱਖ ਸੰਗਤਾਂ ਉੱਤੇ ਗੋਲੀ ਚੱਲੂ, ਉਧਰੋਂ ਸਰਸੇ ਵਾਲੇ ਮਾਰਨਗੇ ਤੇ ਇਧਰੋਂ ਇਹ ਜਿਹੜੇ ਪੁਲਿਸ ਵਾਲੇ ਆ ਉਹ ਮਾਰਨਗੇ ਤੇ ਪੰਜਾਬ ਦੀ ਧਰਤੀ ਉੱਤੇ ਇਹ ਖੂਨ ਖਰਾਬਾ ਲਾਜ਼ਮੀ ਹੋ ਸਕਦਾ। ਤੋ ਉਦੋਂ ਸੱਚੇ ਸੁੱਚੇ ਗੁਰਸਿੱਖਾਂ ਨੇ ਅਰਦਾਸਾਂ ਕੀਤੀਆਂ ਸੀ ਸੱਚੇ ਪਾਤਸ਼ਾਹ ਕਿਤੇ ਐਤਕੀ ਤੱਕੜੀ ਨਾ ਜਿੱਤ ਜੀ। ਉਦੋਂ ਤੋਂ ਹਾਰਦੇ ਹੀ ਤੁਰੇ ਆਉਂਦੇ। ਬਾਅਦ ਵਿੱਚ ਇੱਕ ਇਹਨਾਂ ਨੇ ਕਮਿਸ਼ਨ ਬਣਾਇਆ, ਰਿਟਾਇਰਡ ਜੱਜ ਸੀਗਾ, ਉਹਨੂੰ ਇੰਨਾ ਜਲੀਲ ਕੀਤਾ, ਆਪਦੇ ਹੀ ਬਣਾਏ ਕਮਿਸ਼ਨ ਦੀਆਂ ਰਿਪੋਰਟਾਂ ਪੜ੍ਹਨ ਤੋਂ ਇਨਕਾਰੀ ਹੋਏ ਪਏ ਸੀ, ਬਰਗਾੜੀ ਕਾਂਡ ਬਾਰੇ ਰਿਪੋਰਟ ਸੀ। ਅਖੀਰ
ਉਹਦੇ ਪੁਤਲੇ ਬਣਾ ਕੇ ਫੂਕਣ ਨੂੰ ਫਿਰਨ, ਤੇ ਇੱਕ ਵਿਚਾਰਾ ਗਰੀਬ ਰਕਸ਼ੇ ਵਾਲਾ ਉਹ ਵੀ ਹੱਸੇ ਇਹਨਾਂ ਤੇ ਵੀ 2 ਘੰਟੇ ਹੋ ਗਏ ਸਾਰੀ ਮੰਡੀ ਦੇ ਵਿੱਚ ਇੱਥੇ ਥਾਂ ਥਾਂ ਤੇ ਪਰਾਲੀ ਪਈ ਆ ਜਿਹੜੀ ਕਿ ਬਿਲਕੁਲ ਕਿਸੇ ਕੰਮ ਨਹੀਂ ਆਉਂਦੀ। ਉਹ ਵੀ ਕਿਸੇ ਨੇ ਇਹਨਾਂ ਨੂੰ ਦਿੱਤੀ ਨਹੀਂ, ਕਿਉਂਕਿ ਇਹ ਪੁਤਲੇ ਉਸ ਜੱਜ ਦੇ ਬਣਾ ਕੇ ਸਾੜਨ ਨੂੰ ਫਿਰਦੇ ਆ ਬਾਦਲ ਦਲ ਵਾਲੇ, ਜਿਹੜੇ ਜੱਜ ਨੇ ਬਰਗਾੜੀ ਕਾਂਡ ਦੀ ਰਿਪੋਰਟ ਇਹਨਾਂ ਦੇ ਕਹਿਣ ਤੇ ਜਾਂਚ ਕੀਤੀ ਆ ਤੇ ਰਿਪੋਰਟ ਬਣਾਈ। ਇੰਨੀ ਗਰਕੀ ਹੋਈ ਸੋਚ, ਇੰਨੀ ਭੈੜੀ ਸੋਚ ਕਿ ਸਿੱਖੀ ਦੇ ਹਰੇਕ ਦੁਸ਼ਮਣ ਨੂੰ ਮੌਜਾਂ ਲਾਈ ਰੱਖੀਆਂ, ਤੇ ਇਹ ਕੋਈ ਅੱਜ ਦਾ ਕੰਮ ਨਹੀਂ ਚੱਲਦਾ ਇਹਨਾਂ ਨੂੰ। ਇਹ ਇਤਿਹਾਸ ਆ ਇਹ ਸਾਡੀ ਕੌਮ ਦਾ, ਪਰ ਦੁਰਫਿਟੇ ਮੂੰਹ ਸਾਡੀ ਕੌਮ ਦੇ ਜਿਹਨਾਂ ਨੂੰ ਇਹ ਗੱਲਾਂ ਭੁੱਲਣ ਦੀ ਆਦਤ ਪਈ ਹੋਈ। 2 ਘਟਨਾਵਾਂ ਚੇਤੇ ਆਉਂਦੀਆਂ ਨੇ, ਇੱਕ 13 ਅਪ੍ਰੈਲ 1978 ਦੀ, ਇੱਕ 14 ਅਪ੍ਰੈਲ 1984। 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੂੰ ਖੁੱਲੀ ਛੁੱਟੀ ਦੇ ਤੀ ਵੀ ਅੰਮ੍ਰਿਤਸਰ ਦੇ ਵਿੱਚ ਆ ਕੇ ਜੋ ਮਰਜ਼ੀ ਕਰ ਸਕਦੇ। ਬਹੁਤ ਇੱਥੇ ਉਹਨਾਂ ਨੇ ਗਦਰ ਮਚਾਇਆ, ਸਿੱਖ ਜਜ਼ਬਾਤਾਂ ਦੀ ਹੇਠੀ ਹੋਈ। ਤੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਖੰਡ ਕੀਰਤਨੀ ਜਥੇ ਦੇ ਸਿੰਘ, ਇਹਨਾਂ ਅਤੇ ਹੋਰ ਸੰਗਤਾਂ ਨੇ ਇਹਦਾ ਵਿਰੋਧ ਕਰਨਾ ਚਾਹਿਆ, ਰੋਸ ਪ੍ਰਗਟਾਉਣਾ ਚਾਹਿਆ, ਅਕਾਲੀ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਨੇ ਕਿਹਾ ਬਈ ਤੁਸੀਂ ਗਲਤ ਹੋ, ਉਹਨਾਂ ਨੇ ਸਰਕਾਰ ਤੋਂ ਪਰਮਿਸ਼ਨ ਲੈ ਕੇ ਪ੍ਰੋਗਰਾਮ ਕੀਤਾ। ਅੱਜ ਤੱਕ ਸਿੱਖ ਜਗਤ ਨੇ ਇਸ ਗੱਲ ਦੇ ਲਈ ਬਾਦਲ ਪਰਿਵਾਰ ਦੇ ਜੁੱਤੀਆਂ ਨਹੀਂ ਮਾਰੀਆਂ ਵੀ ਅੰਮ੍ਰਿਤਸਰ ਦੀ ਧਰਤੀ ਹੋਵੇ, ਸਿੱਖਾਂ ਦਾ ਸਭ ਤੋਂ ਵੱਡਾ ਖਾਲਸਾ ਸਾਧਨਾ ਦਿਹਾੜਾ ਮਨਾਉਣਾ ਹੋਵੇ, ਉਸ ਦਿਨ ਸਿੱਖੀ ਦੇ ਦੁਸ਼ਮਣਾਂ ਨੂੰ ਪੰਜਾਬ ਦੇ ਵਿੱਚ ਆਪਦੀ ਸਰਕਾਰ ਦੇ ਹੁੰਦਿਆਂ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਤਾਂ ਦਿੱਤੀ ਕਿਉਂ? ਪਤਾ ਨੀ ਕਿਹੜੀ ਆਪਣੀ ਕੌਮ ਨੂੰ ਕੀ ਇਹ ਪਿਆ ਹੋਇਆ ਵਾ ਵੀ ਆਪਾਂ ਇੰਨੀ ਵੀ ਅਕਲ ਦੇ ਮਾਲਕ ਨਹੀਂ ਤਾਂ ਇੰਨੇ ਨੂੰ ਵੀ ਦੀਦਾ ਵੀ ਉਹਨਾਂ ਨੇ ਜਾਣ ਕੇ ਬਾਦਲ ਸਰਕਾਰ ਨੇ ਇਹ ਆਗਿਆ ਦਿੱਤੀ, ਆਗਿਆ ਦੇ ਤੀ, ਚਲੋ ਮੰਨ ਲੈਂਦੇ ਆ। ਕਈ ਜਿਹੜੇ ਜ਼ਿਆਦਾ ਬੁੱਝੜ ਨੇ ਉਹ ਕਹਿ ਸਕਦੇ ਆ ਕਿ ਜੀ ਬਾਦਲ ਨੂੰ ਕੀ ਪਤਾ ਸੀ। ਜਦੋਂ ਇੱਥੇ ਸਿੱਖਾਂ ਦਾ ਕਤਲੇਆਮ ਹੋਇਆ, ਉਧਰੋਂ ਪੁਲਿਸ ਨੇ ਤੇ ਉਧਰੋਂ ਨਰਕਧਾਰੀਆਂ ਨੇ ਗੋਲੀ ਚਲਾਈ, ਸਿੱਖਾਂ ਦਾ 13-14 ਸਿੱਖ ਇੱਥੇ ਸ਼ਹੀਦ ਹੋ ਗਏ। ਔਰ ਜਦੋਂ ਉਹ ਸਾਰੀਆਂ ਸ਼ਹਾਦਤਾਂ ਜਿਹਨਾਂ ਚ ਭਾਈ ਸਾਹਿਬ ਭਾਈ ਫੌਜਾ ਸਿੰਘ ਤੋਂ ਲੈ ਕੇ ਸਾਰੇ ਹੀ ਸਿੱਖ ਉੱਥੇ ਜਿਹੜੇ ਫੱਟੜ ਹੋਏ ਜਾਂ ਹੋਰੋ ਸਾਰੇ ਗੁਰੂ ਪਿਆਰੇ, ਉਹਨਾਂ ਸਾਰਿਆਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਸਿੱਖਾਂ ਦੇ ਡੁੱਲੇ ਖੂਨ ਦੀ ਪਰਵਾਹ ਨਹੀਂ ਕੀਤੀ। ਬਾਦਲ ਪਰਿਵਾਰ ਨੂੰ, ਬਾਦਲ ਸਰਕਾਰ ਨੂੰ, ਬਾਦਲ ਸਾਹਿਬ ਨੂੰ ਇਹ ਸੀ ਵੀ ਕਿਤੇ ਨਰਕਧਾਰੀਆਂ ਨੂੰ ਨਾ ਕਿਤੇ ਕੁਛ ਹੋ ਜਾਵੇ। ਕਹਿੰਦੇ ਆ ਵੀ ਸਰਕਾਰੀ ਗੱਡੀ ਚ ਬਿਠਾ ਕੇ ਇਹਨੂੰ ਪੰਜਾਬ ਦੀ ਸਰਹੱਦ ਪਾਰ ਕਰਾਉਣ ਬਾਦਲ ਨੇ ਆਪ ਪੂਰੇ ਕਾਰ ਸਰਕਾਰੀ ਭੇਜੀ। ਕਈ ਕਹਿ ਸਕਦੇ ਆ ਜੀ ਇਹ ਤਾਂ ਝੂਠੀ ਗੱਲ ਭਾਈ, ਮੰਨ ਲਈ ਗੱਲ ਤੁਹਾਡੀ, ਪਰ ਬਾਅਦ ਵਿੱਚ ਇਹ ਚੱਲਿਆ ਮੁਕੱਦਮਾ। ਉਸ ਮੁਕੱਦਮੇ ਨੂੰ ਪੂਰੇ ਦੇ ਪੂਰੇ ਨੂੰ ਇਉਂ ਲੜਿਆ ਗਿਆ ਕਿ ਸਾਰੇ ਦੇ ਸਾਰੇ ਨਰਕਧਾਰੀਏ ਬਚ ਜਾਣ, ਬਰੀ ਹੋਏ, ਸਾਰਿਆਂ ਦੇ ਸਾਹਮਣੇ ਬਰੀ ਹੋਏ। ਹੁਣ ਇਹਨੂੰ ਵੀ ਕਹਿ ਦਿਓ ਜੀ ਇਹ ਚ ਬਾਦਲ ਨੇ ਥੋੜੀ ਜੱਜ ਕਰਨਾ ਸੀ, ਵਕੀਲ ਕਰਨਾ ਸੀ। ਚਲੋ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਬਰੀ ਹੋਣ ਤੋਂ ਬਾਅਦ ਜਿਵੇਂ ਸਿੱਖਾਂ ਨੂੰ ਜਲੀਲ ਕੀਤਾ ਕਿ 6ਵੇਂ ਪਾਤਸ਼ਾਹ ਤਾਂ 52 ਛੁਡਵਾ ਕੇ ਲਿਆਏ ਸੀ, ਸਾਡੇ ਨਰਕਧਾਰੀ ਬਾਬੇ ਨੇ ਇੰਨੇ ਛੁਡਾਏ ਆ, ਵੱਧ ਹੀ ਛੁਡਾਏ ਆ 10। ਹੁਣ ਇਸ ਤਰੀਕੇ ਦਾ ਮਾਹੌਲ ਕਿਹਨੇ ਤਿਆਰ ਕਰਾਇਆ? ਉਸ ਬਾਦਲ ਪਰਿਵਾਰ ਨੇ, ਉਸ ਬਾਦਲ ਸਰਕਾਰ ਨੇ, ਉਸ ਬਾਦਲ ਸਾਹਿਬ ਨੇ ਜਿਹਨੂੰ ਕਹਿੰਦੇ ਆ ਜੀ ਉਹ ਫਖਰੇ ਕੌਮ। ਤੇ ਉਸ ਮੌਕੇ ਜਦੋਂ 1978 ਦੇ ਵਿੱਚ ਇਹ ਸਾਰਾ ਕੰਮ ਕੀਤਾ, ਸਿੱਖਾਂ ਦੀ ਪੱਗ
ਪੈਰਾਂ 'ਚ ਰੁਲਦੀ ਫਿਰਦੀ ਸੀ ਜਿਹੜੀ ਸਿੱਖ ਨੌਜਵਾਨਾਂ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਬਾਅਦ 'ਚ ਜਥੇਦਾਰ ਥਾਪਿਆ ਗਿਆ ਤੇ ਨਾਲ ਭਾਈ ਕਾਬਲ ਸਿੰਘ ਉਰਫ਼ ਨਿਰੰਤਰ ਸਿੰਘ ਪਿੰਡ ਮੱਲ ਕਟੋਰਾ ਨੇੜੇ ਬਲੋਟ ਉਹਨਾਂ ਨੇ ਤੇ ਹੋਰ ਗੁਰਸਿੱਖਾਂ ਨੇ ਰਲ ਕੇ ਦਿੱਲੀ ਦੇ ਵਿੱਚ ਜਾ ਕੇ ਉਸ ਦੁਸ਼ਟ ਨੂੰ ਸੋਧਾ ਲਾਇਆ ਤੇ ਆਪਣੇ ਆਪ ਦੇ ਵਿੱਚ ਇਤਿਹਾਸ ਜਿਹੜਾ ਹੈ ਉਹ ਫਿਰ ਦੁਹਰਾਉਣ ਵਾਲਾ ਕੰਮ ਇੱਥੋਂ ਸ਼ੁਰੂ ਹੋਇਆ ਜਿਹਦੇ ਵਿੱਚ ਆਪਣੀ ਕੌਮ ਨੂੰ ਬਹੁਤ ਫਿਰ ਵੱਡੀ ਪੱਧਰ ਦੇ ਉੱਤੇ ਸਿੱਖ ਨੌਜਵਾਨਾਂ ਨੂੰ ਕੁਰਬਾਨੀਆਂ ਕਰਨੀਆਂ ਪਈ। 1978 ਦੇ ਸਾਕੇ ਦਾ ਜਿਹੜਾ ਮੁੱਖ ਦੋਸ਼ੀ ਆ ਉਹ ਬਾਦਲ ਪਰਿਵਾਰ ਆ, ਬਾਦਲ ਸਰਕਾਰ ਆ ਤੇ ਬਾਦਲ ਸਾਹਿਬ। ਫਿਰ ਇਸੇ ਲਾਣੇ ਬਾਣੇ ਨੇ 1982 ਤੋਂ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਉਹਦੇ ਚ ਲੌਂਗੋਵਾਲ ਰਲਾ ਰਿਹਾ, ਹੋਰ ਅਕਾਲੀ ਲੀਡਰ ਰਲ ਗਏ, ਜਿਹੜੇ ਜਿਹੜੇ ਮਾੜਾ ਮੋਟਾ ਇੱਧਰ ਉੱਧਰ ਸਾਹ ਭਰਦੇ ਸੀ ਉਹਨਾਂ ਨੂੰ ਵੀ ਨਾਲ ਸਹਿਮਤ ਕਰਵਾ ਲਿਆ। ਜੋ ਇਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਕੂੜ ਪ੍ਰਚਾਰ ਕੀਤਾ, ਜਿਵੇਂ ਕਦੇ ਉਹਨੂੰ ਚੰਬਲ ਦਾ ਡਾਕੂ, ਕਦੇ ਕਾਂਗਰਸ ਦਾ ਏਜੰਟ, ਤੇ ਇਸ ਸਾਰੇ ਕਾਸੇ ਦੇ ਵਿੱਚ ਸਭ ਤੋਂ ਨੀਚਤਾ ਵਾਲਾ ਜਿਹੜਾ ਪ੍ਰਕਰਨ ਆ ਉਹ ਹੈਗਾ ਗੁਰਚਰਨ ਸਕੱਤਰ ਦੇ ਰਾਹੀਂ ਸੰਤ ਭਿੰਡਰਾਂ ਵਾਲਿਆਂ ਨੂੰ ਕਤਲ ਕਰਾਉਣ ਦੀ ਸਾਜਿਸ਼। ਇੱਥੇ ਪੱਤਰਕਾਰ ਮਹਿੰਦਰ ਸਿੰਘ ਦੀ ਕਿਤਾਬ ਆ ਚੁੱਕੀ ਹੈ, ਉਹਨੇ ਸਪਸ਼ਟ ਤੌਰ ਤੇ ਲਿਖਿਆ ਕਿ 50 ਲੱਖ ਦੇ ਵਿੱਚ ਸੌਦਾ ਕੀਤਾ ਸੀਗਾ ਗੁਰਚਰਨ ਸਕੱਤਰ ਜਿਹੜਾ ਲੌਂਗੋਵਾਲ ਵਾਲੇ ਦਲ ਦਾ ਅਕਾਲੀ ਦਲ ਦਾ ਸਕੱਤਰ ਸੀ ਦਫ਼ਤਰ ਦਾ, ਉਹਨੇ ਇੱਕ ਗੁੰਡਾ ਬਦਮਾਸ਼ ਜਲੰਧਰ ਕੋਲ ਪਿੰਡ ਜਗਮਾਲਪੁਰ, ਉਹਦਾ ਨਾਂ ਸੀ ਸੁਰਿੰਦਰ ਸਿੰਘ ਸ਼ਿੰਦਾ, ਤੋਂ ਸੁਰਿੰਦਰ ਸ਼ਿੰਦੇ ਨੂੰ ਗੰਢ ਲਿਆ, ਜਿਹਨੇ ਆਪਦੇ ਨਾਲ ਇੱਕ ਉਸੇ ਤਰ੍ਹਾਂ ਦੇ ਮਾੜੇ ਧੰਦਿਆਂ ਵਾਲੀ ਔਰਤ ਨੂੰ ਬਲਜੀਤ ਕੌਰ ਨੂੰ ਜੋੜ ਲਿਆ, ਹੋਰ ਕਈ ਸੀ। ਇਹਨਾਂ ਨੇ ਰਲ ਮਿਲ ਕੇ ਦਰਬਾਰ ਸਾਹਿਬ ਡੇਰੇ ਲਾ ਲਏ, ਇੱਥੇ ਰਹਿ ਕੇ ਇਹਨਾਂ ਨੇ ਪੈਸੇ ਜਿਹੜੇ ਸੀਗੇ ਉਹ ਵੀ ਹੱਥ ਥੱਲੇ ਕਰ ਲਏ, ਹਥਿਆਰ ਵੀ ਲੈ ਲਏ। ਇੱਕ ਬਖਸ਼ੀਸ਼ ਸਿੰਘ ਅਲਗੋਂ ਕੋਠੀ ਵਾਲਾ ਜਿਹੜਾ ਬੇਸ਼ੱਕ ਅਸਲੇ ਦਾ ਸਮਗਲਰ ਸੀ, ਬਾਰਡਰ ਤੋਂ ਇੱਧਰ ਉੱਧਰ ਸਮਾਨ ਸਤੂ ਲੈ ਕੇ ਆਉਣਾ, ਪਰ ਉਹ ਮਾੜਾ ਜਾਂ ਭੈੜਾ ਬੰਦਾ ਜਿੰਨਾ ਮਰਜ਼ੀ ਕਹਿ ਲਈਏ ਪਰ ਉਹਦੇ ਕੋਲੇ ਫਿਰ ਮਾੜੀ ਮੋਟੀ ਜ਼ਮੀਰ ਸੀ। ਠੀਕ ਆ ਸਮਗਲਰ ਸੀਗਾ ਪਰ ਉਹ ਪੰਥ ਦਾ ਦੁਸ਼ਮਣ ਨਹੀਂ ਸੀ। ਉਹਦੇ ਕੋਲੋਂ ਸੁਰਿੰਦਰ ਸ਼ਿੰਦਾ ਪਿਸਤੌਲ ਲੈਣ ਗਿਆ ਕਿ ਅਸੀਂ ਕੋਈ ਕੰਮ ਕਰਨਾ, ਤੇ ਸਰਾਂ ਦੇ ਵਿੱਚ ਇੱਥੇ ਜਿੱਦਣ 13 ਤਰੀਕ ਨੂੰ ਬਲਜੀਤ ਕੌਰ ਸਾਰਾ ਦਿਨ ਬੈਠੀ ਰਹੀ, ਵਿਸਾਖੀ ਵਾਲੇ ਦਿਨ ਜਦੋਂ ਸੰਤ ਭਿੰਡਰਾਂ ਵਾਲੇ ਹਰ ਰੋਜ਼ ਦੀ ਤਰ੍ਹਾਂ ਜਿਹੜਾ ਉਹ ਉੱਥੇ ਬਹਿ ਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੁੰਦੇ ਸੀ, ਉਹਨੂੰ ਕਈ ਜਣਿਆਂ ਦੀ ਲਿਸਟ ਦਿੱਤੀ ਹੋਈ ਸੀ ਵੀ ਤੂੰ ਸੰਤਾਂ ਦਾ ਭਤੀਜਾ ਸਵਰਨ ਸਿੰਘ ਜਿਹਨੇ ਲਾਲੇ ਜਗਤ ਨਰਾਇਣ ਨੂੰ ਸੋਧਾ ਲਾਇਆ ਸੀ ਉਹਨੂੰ ਕਤਲ ਕਰਦੇ, ਤੂੰ ਸੰਤਾਂ ਦਾ ਇੱਕ ਬਿਲਕੁਲ ਭਰੋਸੇਯੋਗ ਨਜ਼ਦੀਕੀ ਸਾਥੀ ਭਾਈ ਗੁਰਮੁਖ ਸਿੰਘ ਚਾਹੇ ਉਹਨੂੰ ਕਤਲ ਕਰਦੇ, ਚਾਹੇ ਸੰਤਾਂ ਨੂੰ ਕਤਲ ਕਰਦੇ, ਚਾਹੇ ਸੋਢੀ ਨੂੰ ਕਤਲ ਕਰਦੇ। ਔਰ ਇਹ ਜਿਹੜੀ ਸਾਰੀ ਸਾਜਿਸ਼ ਸੀ ਇਹ ਬਣਾਉਣ ਵਾਲੇ ਇਹ ਅਕਾਲੀ ਲੌਂਗ ਲਾਣਾ ਜਿਹਦੇ ਚ ਲੌਂਗੋਵਾਲ ਵੀ ਸਕੱਤਰ ਜਿਹੜਾ ਗੁਰਚਰਨ ਆ ਉਹਦਾ ਤਾਂ ਸਾਰਿਆਂ ਨੂੰ ਚਲੋ ਪਤਾ ਹੀ ਹੈ, 102 ਨੰਬਰ ਕਮਰਾ ਸਰਾਂ ਦਾ ਜਿੱਥੇ ਰਹਿ ਕੇ ਇਹ ਸਾਰੀ ਸਕੀਮ ਬਣੀ
1984 ਦੀ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਇਹ ਕੰਮ ਸਿਰੇ ਜਦੋਂ ਨਾ ਚੜਿਆ ਤਾਂ ਸ਼ਿੰਦੇ ਹੁਣਾਂ ਨੇ 14 ਤਰੀਕ ਨੂੰ ਪਲਾਨ ਬਣਾ ਲਿਆ ਵਿਸਾਖੀ ਕਰਕੇ। ਸੁਰਿੰਦਰ ਸਿੰਘ ਸੋਢੀ ਸਾਹਿਬ ਦੀ, ਭਾਈ ਸਾਹਿਬ ਦੀ ਭੈਣ ਤੇ ਹੋਰ ਜਿਵੇਂ ਰਿਸ਼ਤੇਦਾਰ ਆਏ ਹੁੰਦੇ ਆ ਵੀ ਚਲੋ ਵਿਸਾਖੀ ਆਪਾਂ ਉੱਥੇ ਦਰਬਾਰ ਸਾਹਿਬ, ਕਿਉਂਕਿ ਉਦੋਂ ਸੋਢੀ ਵਰਗੇ ਜਾਂ ਹੋਰ ਜਿਨ੍ਹਾਂ ਨੇ ਕੌਮ ਦੇ ਦੁਸ਼ਟਾਂ ਨੂੰ ਬੜੇ ਸੋਧੇ ਲਾਏ ਸੀ, ਇਹ ਹਰ ਰੋਜ਼ ਇਹ ਬਾਹਰ ਵੀ ਨਹੀਂ ਸੀ ਉਵੇਂ ਵਿਚਰ ਸਕਦੇ ਕਿਉਂਕਿ ਵਰੰਟਡ ਬੰਦੇ ਸੀ, ਪੁਲਿਸ ਇਹਨਾਂ ਨੂੰ ਲੱਭਦੀ ਫਿਰਦੀ ਸੀ। ਉਹ ਜਦੋਂ ਭਾਈ ਸੁਰਿੰਦਰ ਸਿੰਘ ਉਹਨੂੰ ਲੰਗਰ ਹਾਲ ਵਾਲੇ ਪਾਸਿਓਂ ਆਟੋ ਚ ਬਿਠਾ ਕੇ ਆਪਦੀ ਭੈਣ ਨੂੰ ਮੁੜਨ ਲੱਗਿਆ, ਉੱਥੇ ਸ਼ਿੰਦਾ ਜਿਹੜਾ ਸੀ ਉਹ ਇੱਕਦਮ ਆ ਗਿਆ ਤੇ ਉਹਨੇ ਸ਼ਿੰਦੇ ਨੇ ਤੇ ਬਲਜੀਤ ਕੌਰ ਨੇ ਉਹਨੂੰ ਗੱਲਾਂ ਚ ਲਾ ਲਿਆ ਤੇ ਹੋਟਲ ਵਾਲਾ ਸਿੰਧੀ ਉੱਥੇ ਵੀ ਚੱਲ ਆ ਜਾ ਬਹਿੰਦੇ ਆ ਚਾਹ ਪਾਣੀ ਦੇ ਬਹਾਨੇ ਜਾਂ ਕਿਸੇ ਵੀ ਚੱਕਰ ਦੇ ਵਿੱਚ ਲੈ ਗਏ ਤੇ ਲਿਜਾ ਕੇ ਉੱਥੇ ਬਲਜੀਤ ਕੌਰ ਨੇ ਉਹਨੂੰ ਕਤਲ ਕਰਤਾ, ਗੋਲੀ ਮਾਰ। ਸ਼ਿੰਦੇ ਨੇ ਪਸਤਾਉ ਲਾ ਲਿਆ ਤੇ ਉਹ ਉੱਥੋਂ ਭੱਜ ਗਿਆ। ਜਿਹੜਾ ਉੱਥੇ ਇੱਕ ਮਲਕ ਸਿੰਘ ਭਾਟੀਆ ਸੀ ਅਕਾਲੀ ਦਲ ਦਾ ਆਗੂ, ਉਹਨੇ ਗੱਡੀ ਕਰਕੇ ਦਿੱਤੀ ਕਰਨੈਲ ਸਿੰਘ ਪਿੰਡ ਮਰੜੀ, ਉਹਦੇ ਮੁੰਡੇ ਦੀ ਟੈਕਸੀ ਸੀ, ਉਹ ਤੇ ਸ਼ਿੰਦਾ ਬਾਹਰ ਕੱਢੇ ਆਏ ਨੇ ਭਾਟੀਏ ਨੇ, ਮਲਕ ਸਿੰਘ ਭਾਟੀਏ ਨੇ। ਤੇ ਸ਼ਿੰਦਾ ਇੱਥੋਂ ਟੈਕਸੀ ਲੈ ਕੇ ਸਿੱਧਾ ਗਿਆ ਅਲਗੋ ਕੋਟੀ ਵਾਲੇ ਬਖਸ਼ੀਸ਼ ਸਿੰਘ ਕੋਲੇ। ਜਦੋਂ ਬਖਸ਼ੀਸ਼ ਸਿੰਘ ਨੂੰ ਪਤਾ ਲੱਗਿਆ ਵੀ ਇਹ ਤਾਂ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਕਰਕੇ ਆਇਆ, ਉਹਨੇ ਉਹਨੂੰ ਗੱਡੀ ਦੇ ਵਿੱਚ ਹੀ ਲੈ ਗਿਆ ਤੇ ਆ ਜੰਡਿਆਲੇ ਵੱਲ ਨੂੰ ਭੋਰਸ਼ੀ ਰਾਜਪੂਤਾਂ ਪਿੰਡ ਹੈ ਉੱਥੇ ਉਹਦੀ ਜ਼ਮੀਨ ਸੀ ਤੇ ਉੱਥੇ ਉਹਨੇ ਉਹਨੂੰ ਸ਼ਰਾਬ ਪਲਾ ਕੇ ਨਸ਼ੇ ਚ ਪੂਰਾ ਟੁੰਨ ਕਰਤਾ ਤੇ ਉੱਥੇ ਮੋਟਰ ਤੇ ਉਹਨੂੰ ਕਮਰੇ ਦੇ ਵਿੱਚ ਹੀ ਉੱਥੇ ਛੱਡ ਕੇ ਕਿਸੇ ਦੇ ਕੋਲੇ ਆਪ ਉਹ ਸੰਤਾਂ ਕੋਲੇ ਬਖਸ਼ੀਸ਼ ਸਿੰਘ ਇੱਥੇ ਦਰਬਾਰ ਸਾਹਿਬ ਪਹੁੰਚ ਗਏ। ਉਦੋਂ ਤੀਕਰ ਕਤਲ ਕਰਕੇ ਤੁਰੰਤ ਬਲਜੀਤ ਕੌਰ ਜਿਹੜੀ ਹੈ ਉਹ ਸੰਤਾਂ ਕੋਲੇ ਪਹੁੰਚੀ, ਕਹਿੰਦੀ ਵੀ ਸੋਢੀ ਮੇਰੇ ਨਾਲ ਬਦ ਸਲੂਕੀ ਕਰਨ ਲੱਗਿਆ ਸੀ, ਮੇਰੀ ਇੱਜ਼ਤ ਨੂੰ ਹੱਥ ਪਾ ਲਿਆ ਸੀ, ਇਸ ਕਰਕੇ ਮੈਂ ਉਹਨੂੰ ਮਾਰ ਦਿੱਤਾ। ਸੰਤਾਂ ਨੇ ਉਹਨੂੰ ਕੁਛ ਨਹੀਂ ਕਿਹਾ ਪਰ ਉੱਥੇ ਜਿਹੜੇ ਸਿੰਘ ਖੜੇ ਸੀਗੇ ਉਹਨਾਂ ਨੇ ਤੁਰੰਤ ਉਹਨੂੰ ਕਾਬੂ ਕਰ ਲਿਆ ਤੇ ਪੁੱਛਗਿੱਛ ਕੀਤੀ, ਥੋੜੀ ਜਿਹੀ ਸਖਤੀ ਕੀਤੀ ਤੇ ਉਹ ਮੰਨ ਗਈ ਕਿ ਮੈਂ ਤਾਂ ਸੁਰਿੰਦਰ ਸਿੰਘ ਦਾ ਜਿਹੜਾ ਬਦਮਾਸ਼ ਆ ਜਗਮਾਲਪੁਰੀ ਆ ਉਹਦੇ ਕਹਿਣ ਤੇ ਇਹ ਕੰਮ ਕੀਤਾ। ਉੱਧਰ ਭਾਈ ਗੁਰਿੰਦਰ ਸਿੰਘ ਭੋਲੇ ਹੁਣੀ ਤੇ ਹੋਰ ਸਾਰੇ ਸੰਤਾਂ ਦੇ ਕੋਲ ਹੀ ਸੀਗੇ ਜਦੋਂ ਬਖਸ਼ੀਸ਼ ਅਲਗੋ ਕੋਠੀ ਵਾਲਾ ਪਹੁੰਚ ਗਿਆ, ਉਹਨੇ ਆ ਕੇ ਦੱਸਿਆ ਵੀ ਤੁਹਾਡਾ ਸ਼ਿਕਾਰ ਜਿਹੜਾ ਜਿਹਨੇ ਇਹ ਕਰਤੂਤ ਕੀਤੀ ਆ ਭਾਈ ਸੋਢੀ ਦੇ ਕਤਲ ਵਾਲੀ, ਇਹ ਉੱਥੇ ਮੇਰੀ ਮੋਟਰ ਤੇ ਮੈਂ ਛੱਡ ਕੇ ਆਇਆ ਤੇ ਬੰਦੇ ਭੇਜੋ ਆਪਦਾ ਸੰਭਵ ਪਸਤੌਲ ਜ਼ਰੂਰ ਮੇਰੇ ਤੋਂ ਲਿਆ ਸੀ ਉਹਨੇ ਸੋਢੀ ਨੂੰ ਜਿਹਦੇ ਨਾਲ ਕਤਲ ਕੀਤਾ ਹੈ, ਪਰ ਮੈਨੂੰ ਪਤਾ ਨਹੀਂ ਸੀ ਉਸ ਗੱਲ ਦਾ। ਇਹ ਸਿੰਘ ਤੁਰੰਤ ਭਾਈ ਗੁਰਿੰਦਰ ਸਿੰਘ ਭੋਲੇ ਹੁਣੀ ਸ਼ਿੰਦੇ ਬਦਮਾਸ਼ ਕੋਲੇ ਉੱਥੇ ਪਹੁੰਚੇ ਤੇ ਜੋ ਉਹਦੇ ਨਾਲ ਹੋਣਾ ਚਾਹੀਦਾ ਸੀ ਉਹ ਸਲੂਕ ਕੀਤਾ ਤੇ ਅਗਲੇ ਦਿਨ ਮਾਨਾ ਵਾਲੇ ਕੋਲ ਸ਼ਿੰਦੇ ਬਦਮਾਸ਼ ਦੀ ਤੇ ਬਲਜੀਤ ਕੌਰ ਦੀ ਦੋਨਾਂ ਦੀਆਂ ਡੈਡ ਬੋਡੀਆਂ ਨਿੱਕੇ ਨਿੱਕੇ ਪੀਸ ਕਰਤੇ ਸਿੰਘਾਂ ਨੇ, ਉੱਥੇ 7 ਟੁਕੜੇ ਕੀਤੇ ਪਏ ਸੀ ਸ਼ਿੰਦੇ ਦੇ। ਔਰ ਜਿਸ ਤਰੀਕੇ ਦਾ ਇਹਨਾਂ ਨੇ ਘਨਾਉਣਾ ਕਾਰਾ ਕੀਤਾ ਸੀ ਉਹੋ ਜਿਹੀ ਸਜ਼ਾ ਇਹਨਾਂ ਨੂੰ ਮਿਲੀ ਤੇ ਸਾਰਾ ਜਿਹੜਾ ਦੋਨਾਂ ਜਾਣਿਆਂ ਦਾ ਬਲਜੀਤ ਕੌਰ ਦਾ ਤੇ ਇਹਦਾ ਸ਼ਿੰਦੇ ਦਾ ਦੋਨਾਂ ਦੇ ਟੇਪ ਰਿਕਾਰਡ ਦੇ ਵਿੱਚ ਕਵਾਲੀਆ ਬਿਆਨ ਜਿਹੜੇ ਸੀ ਉਹ ਰਿਕਾਰਡ ਕੀਤੇ ਸੀ ਸਿੰਘਾਂ ਨੇ। ਤੇ ਅਗਲੇ ਦਿਨ ਅਕਾਲੀ ਲੀਡਰਾਂ ਦਾ ਇੱਕ ਜਥਾ ਜਿਹਦੇ ਵਿੱਚ ਮਲਕ ਸਿੰਘ ਭਾਟੀਆ ਵੀ ਨਾਲ ਹੀ ਸੀ ਸੰਤਾਂ ਕੋਲੇ ਪਹੁੰਚਿਆ, ਸੰਤਾਂ ਨੇ ਸਾਰੀ ਟੇਪ ਸੁਣਾਈ ਬਲਜੀਤ ਕੌਰ ਵਾਲੀ ਦੀ
ਛਿੰਦੇ ਬਦਮਾਸ਼ ਵਾਲੀ ਵੀ, ਤੇ ਜਦੋਂ ਭਾਟੀਏ ਨੇ ਸੁਣਿਆ ਵੀ ਆ ਤਾਂ ਮੇਰਾ ਵੀ ਨਾਂ ਵਿੱਚ ਹੀ ਆ ਵੀ ਮੈਂ ਕੀ ਕੀਤਾ ਹੈ, ਕਿਉਂਕਿ ਮਰੜੀ ਵਾਲੇ ਕਰਨੈਲ ਦੀ ਕਾਰ ਕਰਕੇ ਦਿੱਤੀ ਸੀ ਉਹਦੇ ਮੁੰਡੇ ਦੀ। ਹੋਰ ਵੀ ਸਾਰੀਆਂ ਗੱਲਾਂ ਬਾਤਾਂ ਸੁਣਨ ਹੋ ਗਿਆ। ਸੰਤਾਂ ਨੇ ਉਹਨਾਂ ਸਾਰਿਆਂ ਨੂੰ ਅਕਾਲੀ ਲੀਡਰਾਂ ਨੂੰ ਸਾਫ਼ ਤੌਰ ਤੇ ਦੱਸਿਆ ਕਿ ਭਾਈ ਤੁਸੀਂ ਸਾਡਾ ਸਿੰਘ ਬੱਬਰ ਸ਼ੇਰ ਵਰਗਾ ਸ਼ੇਰ ਉਹ ਤੁਸੀਂ ਸਾਡਾ ਕਤਲ ਕਰਾ ਦਿੱਤਾ ਹੈ। ਹੁਣ ਤੁਹਾਨੂੰ ਮੈਂ ਕਹਾਂ ਕਿ ਤੁਹਾਨੂੰ ਇੱਥੇ ਮੈਂ ਮਲਕ ਸਿੰਘ ਭਾਟੀਏ ਨੂੰ ਵੀ ਕਿਹਾ ਤੈਨੂੰ ਕੁਛ ਨੀ ਕਹਿੰਦੇ, ਤੂੰ ਚਲਾ ਜਾ ਇੱਥੇ। ਜਦੋਂ ਉੱਥੋਂ ਉਹ ਲੰਗਰਹਾਲ ਦੀਆਂ ਪੌੜੀਆਂ ਉੱਤਰ ਕੇ ਸਰਾਂ ਵੱਲ ਨੂੰ ਜਾ ਰਿਹਾ ਸੀ, ਉੱਥੇ ਸਿੰਘਾਂ ਨੇ ਉੱਤੇ ਧਾਵਾ ਬੋਲਤਾ ਤੇ ਉੱਥੇ ਹੀ ਉਹ ਰਗੜਿਆ ਗਿਆ। ਇੱਕ ਚਾਹ ਵਾਲਾ ਬੈਜੀ ਹੁੰਦਾ ਸੀ ਉਹ ਵੀ ਇਸੇ ਤਰੀਕੇ ਨਾਲ, ਤੇ 24 ਘੰਟੇ ਦੇ ਵਿੱਚ ਭਾਈ ਸੋਢੀ ਦੇ ਕਾਤਲਾਂ ਦਾ ਜਿਹੜਾ ਸੋਧਾ ਲੱਗ ਗਿਆ ਤੇ ਬਦਲਾ ਜਿਹੜਾ ਸੀਗਾ ਉਹ ਲੈ ਲਿਆ। ਪਰ ਜਿਹੜਾ ਸਭ ਤੋਂ ਮੇਨ ਮੁੱਖ ਸਾਰੀ ਚੀਜ਼ ਜਿਹਨੇ ਸਾਜਿਸ਼ ਦੇ ਧੁਰਾ ਸੀ ਜਿਹੜਾ ਗੁਰਚਰਨ ਸਕੱਤਰ, ਉਹ ਲੌਂਗੋਵਾਲ ਨੇ ਆਪਦੀ ਬੁੱਕੜ ਚ ਲੁਕੋ ਲਿਆ। ਤੇ ਇਸ ਤਰੀਕੇ ਨਾਲ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਵਿਸਾਖੀ ਵਾਲੇ ਦਿਨ ਤੋਂ ਅਗਲੇ ਦਿਨ 14 ਤਰੀਕ ਨੂੰ 84 ਦੇ ਵਿੱਚ ਅਕਾਲੀ ਲੀਡਰਸ਼ਿਪ ਨੇ ਕਰਵਾਇਆ। ਤੇ ਸਾਡੇ ਇੱਥੇ ਕਹਿੰਦੇ ਜੀ ਇਹ ਬੰਦੇ ਬੜੇ ਵਧੀਆ ਜੀ, ਇਹਨਾਂ ਨੇ ਤਾਂ ਮਰਜੀਵੜੇ ਬਣਾਏ ਸੀ, ਇਹ ਤਾਂ ਜੀ ਪੰਥ ਲਈ ਬੜੇ ਪੰਥ ਦੇ ਸੇਵਾਦਾਰ ਨੇ। ਇਹਨਾਂ ਦੇ ਕੋਲੇ ਸੱਤਾ ਆਵੇ ਨਾ ਆਵੇ, ਕਾਂਗਰਸ ਨੇ ਵੀ ਜ਼ੁਲਮ ਕਰਨਾ, ਇਹਨਾਂ ਨੇ ਵੀ ਜ਼ੁਲਮ ਕਰਨਾ, ਇਹਨਾਂ ਨੇ ਵੀ ਨਰਕ ਧਾਰੀਆਂ ਦਾ ਸਾਥ ਦੇਣਾ, ਸਰਸੇ ਵਾਲਿਆਂ ਦਾ ਸਾਥ ਦੇਣਾ, ਸਿੱਖਾਂ ਦੇ ਛਤਰ ਫੇਰਨਾ, ਉਹਨਾਂ ਨੇ ਵੀ ਸਿੱਖਾਂ ਦੇ ਛਤਰ ਫੇਰਨਾ, ਤੇ ਇਸ ਮੁਲਕ ਦੇ ਸਿਸਟਮ ਵਿੱਚੋਂ ਆਪਾਂ ਭਾਲਦੇ ਕੀ ਹੈ। ਸੋ ਅੱਜ ਇਹ ਗੱਲਾਂ ਤਾਂ ਕਿਉਂਕਿ ਅੱਜ ਇੱਥੇ 12 ਅਪ੍ਰੈਲ ਆ, 13 ਤੇ 14 ਅਪ੍ਰੈਲ ਨੂੰ ਸ਼ਨੀਵਾਰ ਐਤਵਾਰ ਆ, ਤੇ ਅੱਗੇ ਫਿਰ ਪ੍ਰੋਗਰਾਮ ਦੇ ਹੋਰ ਨਵੇਂ ਵਿਸ਼ੇ ਆ ਸਕਦੇ ਆ, ਸੰਗਤ ਨਾਲ ਜ਼ਰੂਰੀ ਸੀ ਇਹ ਗੱਲ ਕਰਨੀ ਬਣਦੀ ਕਿ 13 ਅਪ੍ਰੈਲ ਦਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ। ਬੜਾ ਚੰਗਾ ਗੱਲ ਆ ਕਿ ਖਾਲਸਾ ਸਾਧਨਾ ਦਿਹਾੜਾ ਵਿਸਾਖੀ ਦਾ, ਚੰਗੀ ਗੱਲ। ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਿਸਾਖੀ ਮਨਾਉਣ ਕਰਕੇ ਇੱਥੇ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਕਹਿਰ ਵਾਪਰਿਆ ਸੀ। ਆਪਾਂ ਨੂੰ ਹੋਰ ਵੀ ਬਹੁਤ ਇਤਿਹਾਸ ਪਤਾ ਹੋਣਾ ਚਾਹੀਦਾ, ਪਰ ਆਪਾਂ ਉਹ ਇਤਿਹਾਸ ਤੋਂ ਕਿਉਂ ਲੁਕਦੇ ਹਾਂ, ਕਿਉਂ ਭੱਜਦੇ ਹਾਂ, ਕਿਉਂ ਨੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਅਕਾਲੀ ਲੀਡਰਾਂ ਦੇ ਕਰਤੂਤਾਂ ਬਾਰੇ ਦੱਸਿਆ ਜਾਂਦਾ, ਕਿਉਂ ਨੀ ਅਖਬਾਰਾਂ ਛਪਦੀਆਂ ਕਿ ਭਾਈ ਕਿਵੇਂ 1978 ਨੂੰ ਸਿੱਖਾਂ ਦਾ ਕਤਲੇਆਮ ਵਿਸਾਖੀ ਵਾਲੇ ਦਿਨ ਅਕਾਲੀ ਲੀਡਰਸ਼ਿਪ ਨੇ ਕਰਵਾਇਆ, ਕਿਵੇਂ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ, ਉਹ ਤਾਂ ਭਾਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਚ ਗਏ, ਚਲੋ ਉਹਨਾਂ ਦੇ 1984 ਨੂੰ ਸ਼ਹੀਦੀ ਹੋਣੀ ਸੀ। ਔਰ ਇਹ ਵੀ ਗੱਲ ਕਈ ਪੁੱਛ ਲੈਂਦੇ ਆ ਕਿ 77 ਗੁਰਵਚਨ ਦਾ ਗੁਰਚਰਨ ਦਾ ਫਿਰ ਕੀ ਬਣੇ। ਜਦੋਂ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਹੋਇਆ, ਘੱਲੂ ਘਾਰਾ ਵਾਪਰਿਆ, ਦੱਸਦੇ ਆ ਵੀ ਸਰਾਂ ਵਾਲੇ ਪਾਸੇ ਉੱਥੇ ਫਿਰ ਉਹਦਾ ਕੰਮ ਤਮਾਮ ਹੋਇਆ। ਇਹ ਮਾਲਵੇ ਦੇ ਵਿੱਚ ਮਾਨਸਾ ਸਨਾਮ ਵਾਲੇ ਪਾਸੇ ਇਹਦਾ ਪਿੰਡ ਸੀ, ਤੇ ਇਹ ਗੁਰਚਰਨ ਸਕੱਤਰ ਪੁਰਾਣਾ ਨਕਸਲਾਈਟ ਕਹਿੰਦੇ ਆ, ਪਰ ਮੈਨੂੰ ਲੱਗਦਾ ਨਕਸਲਾਈਟ ਨਹੀਂ, ਇਹ ਕਾਮਰੇਡ ਹੋਣਾ, ਜਿਹੋ ਜਿਹੇ ਭੈੜੇ ਮਾੜੇ ਖਿਆਲਾਂ ਵਾਲੇ ਕਾਮਰੇਡਾਂ ਨਾਲ ਕਿਸਾਨ ਸੰਘਰਸ਼ ਵਾਲੇ ਦਿਨਾਂ ਚ ਪੰਥ ਦਾ ਵਾਹ ਪਿਆ। ਸੋ ਇੱਕ ਮਾੜਾ ਬੰਦਾ ਜਿਹੜਾ ਲੌਂਗੋਵਾਲ ਦਾ ਸਭ ਕੁਛ ਸੀ, ਤੇ ਲੌਂਗੋਵਾਲ ਨੇ ਤੇ ਆਹ ਜਿਹੜੇ ਬੱਗਾ ਸਿੰਘ ਵਰਗੇ, ਮਲਕ ਸਿੰਘ ਭਾਟੀਏ ਵਰਗੇ, ਇਹ ਸਾਰਿਆਂ ਨੇ ਰਲ ਕੇ ਜੋ ਕਹਿਰ ਕਮਾਇਆ ਪੰਥ ਨਾਲ ਉਹ ਸਾਰਿਆਂ ਦੇ ਸਾਹਮਣੇ ਹੈ। ਉਪਰੰਤ 1985 ਦੇ ਵਿੱਚ ਜਦੋਂ ਇਹਨਾਂ ਨੂੰ ਲੱਗਿਆ ਕਿ
ਸੰਤ ਭਿੰਡਰਾਂ ਵਾਲੇ ਸ਼ਹੀਦ ਹੋ ਗਏ, ਹੋਰ ਸਿੰਘ ਵੀ ਨਹੀਂ ਰਹੇ। ਚਲੋ ਹੁਣ ਆਪਾਂ ਇੰਦਰਾ ਗਾਂਧੀ ਵਾਲੀ ਕਾਂਗਰਸ ਨਾਲ, ਰਾਜੀਵ ਗਾਂਧੀ ਨਾਲ ਸਮਝੌਤਾ ਕਰ ਲੈਂਦੇ ਹਾਂ। ਸੋ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ 24 ਜੁਲਾਈ 1985 ਨੂੰ, ਤੇ ਉਦਣ ਹੀ ਸਿੰਘਾਂ ਨੇ ਇਹ ਫੈਸਲਾ ਕਰ ਲਿਆ। ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਭਾਈ ਜਰਨੈਲ ਸਿੰਘ ਹਲਵਾਰਾ, ਭਾਈ ਗਿਆਨ ਸਿੰਘ ਲੀੜ, ਭਾਈ ਹਰਮਿੰਦਰ ਸਿੰਘ ਬਿੱਲਾ ਲੀੜਾ ਲੀੜ ਪਿੰਡ, ਭਾਈ ਜਿਹੜਾ ਵੀਰਿੰਦਰਪਾਲ ਸਿੰਘ ਸਨੀ ਸਹੌਲੀ, ਭਾਈ ਨਿਰਮਲ ਸਿੰਘ ਠੁੱਲੀਆਲ ਤੇ ਹੋਰ ਸਾਰੇ ਸਿੰਘਾਂ ਨੇ ਆਖਿਰ ਲੌਂਗੋਵਾਲ ਨੂੰ ਸ਼ੇਰਪੁਰ ਦੇ ਵਿੱਚ ਧੂਰੀ ਕੋਲ ਬਰਨਾਲੇ ਦੇ ਇਲਾਕੇ ਚ ਉੱਥੇ ਫਿਰ ਸੋਧਾ ਲਾਇਆ ਤੇ ਉਹਦੇ ਪਾਪਾਂ ਦੀ ਸਜ਼ਾ ਉਹਨੂੰ ਦਿੱਤੀ। ਜਿਹੜੇ ਕਹਿੰਦੇ ਆ ਜੀ ਲੌਂਗੋਵਾਲ ਦਾ ਬੜਾ ਬੀਬਾ ਤੇ ਸਾਧ ਬੰਦਾ ਸੀ, ਤਾਂ ਜਦੋਂ ਭਾਈ ਸੁਰਿੰਦਰ ਸਿੰਘ ਸੋਢੀ ਵਰਗਿਆਂ ਦੀਆਂ ਕਤਲਾਂ ਦੀਆਂ ਪਲੈਨਿੰਗਾਂ ਬਣਾ ਰਿਹਾ ਸੀ ਉਦੋਂ ਉਹ ਬੀਬਾ ਬੰਦਾ ਸੀ। ਢਾਡੀ ਗਾਉਂਦੇ ਹੁੰਦੇ ਸੀ, ਗਿਦੜਿਆਣੀ ਦਾ ਗਿਦੜ ਮਾਰਿਆ ਸ਼ੇਰਪੁਰੇ ਵਿੱਚ ਸ਼ੇਰਾਂ ਨੇ, ਗਿਦੜਿਆਣੀ ਪਿੰਡ ਤੋਂ ਸੀ। ਚੰਗਾ ਹੋਣਾ ਹੈ, ਬਾਣੀ ਵੱਧ ਪੜ੍ਹਦਾ ਹੋਣਾ, ਉਹਦੀ ਬੋਲਬਾਣੀ ਚੰਗੀ ਹੋਣੀ ਹੈ, ਪਰ ਦਿਲ ਦਾ ਪਾਪੀ ਤੇ ਕਪਟੀ ਬੰਦਾ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੀ ਬੋਲ ਬਾਣੀ ਅੱਖੜ ਹੋ ਸਕਦੀ ਹੈ, ਜਿਨ੍ਹਾਂ ਦੇ ਤਲਖੀ ਭਰੇ ਜਾਂ ਸਿੱਧੇ ਸਪਾਟ ਬੋਲ ਹੋ ਸਕਦੇ ਆ, ਕਿਉਂਕਿ ਜਿਹਨੇ ਬਣਾ ਬਣਾ ਕੇ ਜੇ ਗੱਲਾਂ ਕਰਨੀਆਂ ਹੋਣ ਉਹ ਮਿੱਠੀਆਂ ਮਿੱਠੀਆਂ ਮਾਰਦਾ। ਪਰ ਮਹਾਂਪੁਰਸ਼ ਸੰਤ ਭਿੰਡਰਾਂ ਵਾਲੇ, ਉਹਨਾਂ ਨੇ ਜੋ ਕਿਹਾ ਦਿਲੋਂ ਕਿਹਾ, ਤੇ ਉਹਦਾ ਉਹਨਾਂ ਨੂੰ ਕਦੇ ਵੀ ਆਪਦੇ ਜ਼ਿੰਦਗੀ ਚ ਬੋਲੇ ਹੋਏ ਬਚਨ ਦਾ ਅਫਸੋਸ ਨਹੀਂ ਸੀ। ਇਹ ਗੱਲ ਅੱਜ ਦੱਸਣ ਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਜਦੋਂ ਭਾਈ ਸੋਢੀ ਦਾ ਕਤਲ ਹੁੰਦਾ ਹੈ, ਅਗਲੇ ਦਿਨ ਜਦੋਂ ਅਕਾਲੀ ਢਿੰਮ ਢਾਣਾ ਲੈ ਕੇ ਪਹੁੰਚਦੇ ਆ, ਜਦੋਂ ਦੋਨੇ ਜਿਹੜੀਆਂ ਰਿਕਾਰਡਾਂ ਨੇ ਸੁਣਾਈਆਂ ਇਹਨਾਂ ਨੂੰ ਵੀ, ਆਹ ਦੇਖੋ ਤੁਹਾਡੀਆਂ ਕਰਤੂਤਾਂ, ਅਜੇ ਮਲਕ ਸਿੰਘ ਭਾਟੀਆ ਵੀ ਨਾਲ ਤੇ ਹੋਰ ਵੀ ਸਾਰੀ ਜੁੰਡਲੀ ਜਿਹੜੀ ਆ ਉਹ ਨਾਲ, ਉਹਨਾਂ ਨੂੰ ਲੈ ਕੇ ਸੰਤ ਫਿਰ ਪਹੁੰਚੇ ਸੰਗਤ ਦੇ ਵਿਚਾਲੇ। ਉਸ ਦਿਨ ਵਾਲੀ ਰਿਕਾਰਡਿੰਗ ਆ ਯੂਟਿਊਬ ਤੇ ਪਈ ਆ, ਸੁਣ ਲਿਓ। ਉਹਦੇ ਵਿੱਚ ਸੰਤ ਸਾਰੀ ਸੰਗਤ ਨੂੰ ਕਹਿੰਦੇ ਆ ਕਿ ਆਹ ਭਰਾ ਆਏ ਸੀ ਅੱਜ ਇਕੱਠੇ ਹੋ ਕੇ, ਇਹਨਾਂ ਨੂੰ ਮੈਂ ਸਾਰਾ ਕੁਛ ਸਮਝਾ ਤਾ ਭਾਈ ਕੀ ਕੁਛ ਤੁਸੀਂ ਕਰਦਾ। ਅਗਲੀ ਗੱਲ ਉੱਤੇ ਮਹਾਂਪੁਰਸ਼ ਬੜੀ ਕਮਾਲ ਦੀ ਕਹਿੰਦੇ ਆ ਕਿ ਮੈਂ ਇਹਨਾਂ ਨੂੰ ਕਹਿਤਾ, ਤੁਹਾਨੂੰ ਸੰਗਤ ਦੇ ਸਾਹਮਣੇ ਕਹਿ ਰਿਹਾ ਕਿ ਮੇਰੇ ਪੰਜ ਹੋਰ ਸਿੰਘ ਜਿਹੜੇ ਨੇ ਸਾਨੂੰ ਦੱਸ ਦਿਓ ਕਿਹੜੇ ਕਿਹੜੇ ਤੁਸੀਂ ਮਾਰਨੇ ਆ, ਅਸੀਂ ਤੁਹਾਡੇ ਕੋਲੇ ਭੇਜ ਦਿੰਦੇ ਹਾਂ ਜੇ ਤੁਹਾਡਾ ਕਾਲਜਾ ਠੰਡਾ ਹੋ ਜਾਵੇ। ਮੈਂ ਆਪਦੇ ਪੰਜ ਸਿੰਘਾਂ ਦੇ ਕਤਲ ਤੱਕ ਅਡੀਕਾਂਗਾ, ਅਲਟੀਮੇਟਮ ਦਿੱਤਾ ਸੀ। ਪਰ ਅੱਗੇ ਕਮਾਲ ਦੀ ਗੱਲ ਉਹਨਾਂ ਨੇ ਕਹੀ ਕਿ ਮੈਂ ਫੇਰ ਵੀ ਇਹ ਨਹੀਂ ਕਹਿੰਦਾ ਕਿ ਇਸ ਤੋਂ ਬਾਅਦ ਮੈਂ ਪੜਾਂਗਾ ਸ਼ੁਰੂ ਕਰ ਦੂੰ ਤੁਹਾਡਾ, ਮੇਰੇ ਤੇ ਮੋਰਚੇ ਦੀ ਜ਼ਿੰਮੇਵਾਰੀ ਹੈ, ਇਹ ਪੰਥ ਦਾ ਮੋਰਚਾ, ਕੌਮ ਦੀ ਲੜਾਈ ਆ, ਤੋ ਇਸ ਪਾਸੇ ਧਿਆਨ ਦੇਣਾ ਸਾਡਾ ਜ਼ਿਆਦਾ ਜ਼ਰੂਰੀ ਆ। ਜੋ ਤੁਸੀਂ ਕਰ ਰਹੇ ਹੋ ਅਕਾਲੀ ਲੀਡਰੋ, ਤੁਸੀਂ ਕਰੀ ਚੱਲੋ, ਤੁਸੀਂ ਜਿਹਨੂੰ ਮਾਰਨਾ ਮਾਰੀ ਚੱਲੋ, ਤੁਸੀਂ ਇਸ ਮੋਰਚੇ ਨੂੰ ਸੈਫੋਟੈਸ ਕਰ ਰਹੇ ਹੋ, ਕਰੀ ਚੱਲੋ, ਪਰ ਮੈਂ ਆਪਦਾ ਕੌਮੀ ਫਰਜ਼ ਨਿਭਾਵਾਂਗਾ ਤੇ ਮੈਂ ਮੇਰੇ ਪੰਜ ਸਿੰਘਾਂ ਦੇ ਕਤਲ ਹੋਣ ਤੋਂ ਬਾਅਦ ਵੀ ਸੋਚਾਂਗਾ ਕਿ ਮੈਂ ਹੁਣ ਕੀ ਕਰਾਂ। ਐਡਾ ਜਿਗਰਾ, ਐਡੀ ਦਲੇਰੀ, ਐਡੀ ਪੰਥ ਪ੍ਰਸਤੀ ਹੋਰ ਕਿੱਥੋਂ ਚਾਹੀ, ਕਿੱਥੋਂ ਮਿਲ ਜੂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਆਪਦਾ ਰੋਮ ਰੋਮ ਆਪਦਾ ਹਰ ਸਾਹ ਪੰਥ ਤੋਂ ਦੀ ਵਾਰਿਆ, ਉਹਨਾਂ ਨੂੰ ਇਹ ਪਹਿਲਾਂ ਆਪ ਕਤਲ ਕਰਾਉਣ ਨੂੰ ਫਿਰਦੇ ਰਹੇ, ਸੋਢੀ ਵਰਗਿਆਂ ਦਾ ਕਤਲ ਹੋ ਗਿਆ ਇਹਨਾਂ ਤੋਂ ਤੇ ਸੰਤ ਬਚ ਗਏ।
ਬਾਅਦ ਵਿੱਚ ਇਹਨਾਂ ਨੂੰ ਚਾਅ ਚੜ ਗਿਆ ਵੀ ਲੈ ਬਈ ਹੁਣ ਫੌਜ ਆ ਗਈ ਤੇ ਆਪੇ ਹੀ ਇਹਨਾਂ ਨੂੰ ਸੰਤਾਂ ਨੂੰ ਕਤਲ ਕਰ ਦੂ। ਸੋ ਇਹਨਾਂ ਨੂੰ ਤਾਂ 1992-93 ਦੇ ਵਿੱਚ ਸਰਕਾਰੀ ਏਜੰਸੀਆਂ ਨੇ ਬੈਠ ਕੇ ਸਮਝਾਇਆ ਕਿ ਪੰਥ ਦੇ ਪੰਜਾਬ ਦੇ ਮੁੱਦੇ ਦੇ ਨਾਲ ਵਾਲੇ ਚੱਕਿਆ ਕਰੋ, ਇਹਨਾਂ ਮੁੱਦਿਆਂ ਦਾ ਦਿੱਲੀ ਦਰਬਾਰ ਨੇ ਹੱਲ ਨਹੀਂ ਕੋਈ ਕਰਨਾ ਤੇ ਇਸ ਮਾਹੌਲ ਦੇ ਵਿੱਚ ਜਦੋਂ ਤੁਸੀਂ ਆਪਦੀ ਕੁਰਸੀ ਪੱਕੀ ਕਰਨ ਨਿਕਲਦੇ ਹੋ, ਮੋਰਚੇ ਲਾਉਂਦੇ ਹੋ, ਫਿਰ ਵਿੱਚੋਂ ਸੰਤ ਭਿੰਡਰਾਂ ਵਾਲੇ ਵਰਗੇ ਨਿਕਲਦੇ ਆ, ਵਿੱਚੋਂ ਸਿੱਖ ਜੁਝਾਰੂ ਲਹਿਰ ਨਿਕਲਦੀ ਆ, ਅਸੀਂ ਮਸਾਂ ਮਸਾਂ ਇਹ ਸਾਰੀ ਲਹਿਰ ਮਾਰੀ ਆ, ਭਿੰਡਰਾਂ ਵਾਲੇ ਸੰਤ ਸ਼ਹੀਦ ਕੀਤੇ ਆ, ਹੁਣ ਤੁਸੀਂ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਕੰਮ ਨਾ ਕਰਿਓ। ਉਦਣ ਬਾਦਲ ਸਾਹਿਬ ਨੇ ਫਿਰ ਐਲਾਨ ਕਰਤਾ ਕਿ ਅੱਜ ਤੋਂ ਬਾਅਦ ਐਜੀਟੇਸ਼ਨ ਨਹੀਂ ਕੋਈ ਕਰਨੀ। ਸੋ 1993-94 ਤੋਂ ਲੈ ਕੇ ਅੱਜ ਤੱਕ ਬਾਦਲਕਿਆਂ ਨੇ ਖਾਲਸਾ ਪੰਥ ਲਈ ਕੋਈ ਐਜੀਟੇਸ਼ਨ, ਕੋਈ ਮੋਰਚਾ, ਕੋਈ ਲੜਾਈ, ਕੋਈ ਮੰਗ ਪੱਤਰ, ਕੋਈ ਰੋਸ ਮਾਰਚ ਕਦੇ ਨਾ ਕੀਤਾ ਤੇ ਨਾ ਗਾਹਾਂ ਕਰਨਾ। ਇਹ ਲਾਣਾ ਜਿਹਦੇ ਜਿਹਨੂੰ ਕਹਿੰਦੇ ਜੀ ਫਖਰੇ ਕੌਮ, ਇਹ ਫਖਰੇ ਕੌਮ ਪੰਥ ਦੇ ਲਈ 1978 ਤੋਂ ਚੱਲੇ ਸੰਘਰਸ਼ ਵਿੱਚ ਹਜ਼ਾਰਾਂ ਪਰਿਵਾਰ ਜਿਨ੍ਹਾਂ ਦਾ ਸਾਰੇ ਦੇ ਸਾਰੇ ਹੀ ਜੀ ਕਤਲ ਕਰ ਦਿੱਤੇ ਗਏ, ਸ਼ਹੀਦੀਆਂ ਪਾ ਗਏ। ਮੈਂ ਕਈ ਵਾਰ ਸੋਚਦਾ ਹੁੰਦਾ ਕਈ ਪਰਿਵਾਰਾਂ ਦੇ ਬਾਰੇ, ਆ ਭਾਈ ਗਜਿੰਦਰ ਸਿੰਘ ਹੈ, ਉਹ ਪਾਕਿਸਤਾਨ ਬੈਠੇ ਸਾਰੀ ਜਵਾਨੀ ਉੱਥੇ ਕੱਢਤੀ, ਸਿੰਘਣੀ ਨੇ ਜਰਮਨ ਦੇ ਵਿੱਚ ਆਖਰੀ ਸਵਾਸ ਉੱਥੇ ਲਏ ਆ, ਬੇਟੀ ਉਹਨਾਂ ਦੀ ਅਮਰੀਕਾ ਦੇ ਵਿੱਚ ਸਿੰਘਾਂ ਨੇ ਉੱਥੇ ਉਹਦੀ ਪਾਲਣਾ ਪੋਸ਼ਣਾ ਕੀਤੀ, ਵਿਆਹ ਕੀਤਾ, ਅੱਜ ਉਹ ਇੰਗਲੈਂਡ 'ਚ। ਤੇ ਨਾ ਤਾਂ ਭਾਈ ਗਜਿੰਦਰ ਸਿੰਘ ਆਪਦੀ ਬੱਚੀ ਦੇ ਆਨੰਦ ਕਾਰਜਾਂ 'ਚ ਜਾਣ ਜੋਗੇ ਸੀ, ਨਾ ਆਪਦੀ ਸਿੰਘਣੀ ਦੇ ਅੰਤਮ ਸੰਸਕਾਰ ਤੇ ਗਏ। ਇੱਧਰ ਜਿਹੜੇ ਪੰਜਾਬ ਦੇ ਵਿੱਚ ਭਾਰਤ ਵਿੱਚ ਉਹਨਾਂ ਦੇ ਰਿਸ਼ਤੇਦਾਰ ਨਾਲ ਉਹਨਾਂ ਦੀਆਂ ਖੁਸ਼ੀਆਂ ਗਮੀਆਂ 'ਚ, ਤੇ ਫਖਰੇ ਕੌਮ ਬਾਦਲ ਹੋਣੀ। ਇਹੋ ਜਿਹੇ ਹਜ਼ਾਰਾਂ ਹੀ ਸਾਡੇ ਪੰਥ ਦੇ ਵਿੱਚ ਯੋਧੇ ਆ ਜਿਨ੍ਹਾਂ ਨੇ ਬਹੁਤ ਵੱਡੀ ਘਾਲਣਾ ਘਾਲੀ ਤੇ ਕਦੇ ਸੀ ਨਹੀਂ ਕੀਤੀ। ਧੰਨ ਨੇ ਉਹ ਸਿੱਖ ਪਰਿਵਾਰ ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ, ਤੇ ਉਹ ਮਰਜੀਵੜੇ ਕਿੱਧਰ ਗਏ ਬਈ ਜਿਹੜੇ ਮਰਜੀਵੜੇ ਬਣਾਏ ਸੀ, ਮਰਜੀਵੜੇ ਕਿੱਧਰ ਕਿੱਧਰ ਚਲੇ ਗਏ। ਤੇ ਅੱਜ ਦੀ ਤਰੀਕ ਵਿੱਚ ਆਪਾਂ ਨੂੰ ਫੇਰ ਬੁਖਾਰ ਚੜਿਆ ਹੋਇਆ ਕਿ ਹਾਏ ਹਾਏ ਬਾਦਲ ਦਲ, ਬਾਦਲ ਪਰਿਵਾਰ। ਤੇ ਇਹ ਉਹ ਜਮਾਤ ਆ ਜੀ ਜਿਨ੍ਹਾਂ ਨੇ ਸਦਾ ਦਿੱਲੀ ਦੀ ਬੋਲੀ ਬੋਲੀ ਆ ਤੇ ਗਾਹ ਇਹਨਾਂ ਤੋਂ ਕੋਈ ਆਸ ਨਹੀਂ। ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਵੀ ਕਿਤੇ ਪੰਥ ਲਈ, ਕੌਮ ਲਈ ਲੜਨ ਮਰਨ ਵਾਲੇ ਕੋਈ ਗੱਲ ਹੋ ਜਾਵੇ, ਉਹਨੂੰ ਕਹਿੰਦੇ ਅੱਤਵਾਦੀ ਹੈ, ਖਵਾਰਾ ਕਹਿੰਦੇ ਅੱਤਵਾਦੀ ਆ, ਅਸੀਂ ਉਹਦੇ ਲਈ ਕੁਛ ਨਹੀਂ ਕਰ ਸਕਦੇ, ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਕੁਛ ਨਹੀਂ ਕਰ ਸਕਦੇ। ਇਸ ਮਾਹੌਲ ਦੇ ਵਿੱਚ ਆਪਾਂ ਵਿਚਾਰੀਏ, ਸੋਚੀਏ ਕਿ ਪੰਥ ਜਾਵੇ ਕਿੱਧਰ। ਤਖਤਾਂ ਦੇ ਜਥੇਦਾਰ ਸਾਹਿਬਾਨ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਗੁਰਦੁਆਰਾ ਸੁਧਾਰ ਲਹਿਰ ਦੀਆਂ 3 ਪ੍ਰਾਪਤੀਆਂ ਸੀ, 3 ਰੋਲਤੀਆਂ ਬਾਦਲ ਕਿਆਂ, ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦਾ ਅੱਜ ਇੰਨਾ ਕੁ ਕੱਦ ਘਟ ਗਿਆ ਕਿਉਂਕਿ ਛੋਟੇ ਨਿਕੰਮੇ ਤੇ ਭੈੜੇ ਮਾੜੇ ਬੰਦੇ ਵੱਡੀਆਂ ਸੀਟਾਂ ਤੇ ਬਿਠਾ ਦਿਓ, ਉਹ ਸੀਟਾਂ ਦੀ ਕਦਰ ਘਟ ਜਾਂਦੀ। ਸਿੱਖ ਕੌਮ ਦਾ ਜੋ ਕਹਾਣ ਇਹਨਾਂ ਲੋਕਾਂ ਨੇ ਕੀਤਾ, ਅਖੇ ਜੀ ਇੱਥੇ ਅਸੀਂ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਾ, ਬਹੁਤ ਹੀ ਜ਼ਿਆਦਾ ਸੋਚਣ ਵਿਚਾਰਨ ਦੀ ਲੋੜ ਹੈ।
ਆਉਣ ਵਾਲਾ ਸਮਾਂ ਹੋਰ ਬੜਾ ਖਤਰਨਾਕ ਆਉਣ ਆ ਰਿਹਾ। ਇਹਨਾਂ ਤੋਂ ਕੋਈ ਆਸ ਨਹੀਂ ਹੈ। ਖਹਿਰਾ ਸੁਖਪਾਲ ਸਿੰਘ ਖਹਿਰਾ, ਉਹਦੇ ਪਿਤਾ ਸਰਦਾਰ ਸੁਖਜਿੰਦਰ ਸਿੰਘ, ਉਹ ਵੀ ਖਾਲਿਸਤਾਨ ਦੀ ਗੱਲ ਕਰਦੇ ਕਰਾਉਂਦੇ ਰਹੇ। ਤੇ ਜਦੋਂ ਦੋ ਕੁ ਸਾਲ ਪਹਿਲਾਂ ਪੰਜਾਬ ਦੇ ਵਿੱਚ ਧੜਾਧੜ ਦਿੱਲੀ ਤੋਂ NIA ਵਾਲੇ ਆਉਣ, ਸਾਡੇ ਨੌਜਵਾਨਾਂ ਨੂੰ ਚੱਕਣ, ਚੱਕ ਕੇ UAPA, ਉਦੋਂ ਖਹਿਰਾ ਭੱਜਿਆ ਫਿਰਦਾ ਹੁੰਦਾ ਸੀ। ਅਖੀਰ ਆਪਾਂ ਨੂੰ ਪਤਾ ਕਿ ਕਿਵੇਂ ਉਹਨੂੰ ਜਲੀਲ ਕੀਤਾ, ਕਿਵੇਂ ਉਹਨੂੰ ਤੰਗ ਪਰੇਸ਼ਾਨ ਕੀਤਾ। ਤੇ ਉਸ ਤੋਂ ਬਾਅਦ ਵਿੱਚ ਜੋ ਭਾਜਪਾ ਨੇ ਕਰਨਾ ਸੀ ਸੋ ਕਰਨਾ ਸੀ, ਪਰ ਆ ਭਗਵੰਤ ਮਾਨ ਹੁਣਾਂ ਨੇ ਜਿਵੇਂ ਉਹਦੇ ਨਾਲ ਬਦਸਲੂਕੀ ਕਰਵਾਈ, ਤੇ ਹੁਣ ਜਾ ਕੇ ਸੁਪਰੀਮ ਕੋਰਟ ਚ ਪਿੱਟਣ ਲੱਗੇ ਹੋਏ ਨੇ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ। ਤੇ ਜਿਵੇਂ ਖਹਿਰੇ ਨਾਲ ਹੋਈ ਆ, ਇਵੇਂ ਹੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਏ ਹੋਏ ਭਗਵੰਤ ਮਾਨ ਦੀ ਪਾਰਟੀ ਨੇ ਹੋਰ ਬੜਿਆਂ ਨਾਲ ਕੀਤੀ, ਇਹੀ ਕੁਛ ਇਹ ਅਕਾਲੀ ਲੈਣਾ ਕਰਦਾ ਰਿਹਾ। ਤੇ ਇਹਨਾਂ ਨੇ ਜੋ ਸਿੱਖ ਕੌਮ ਦੇ ਲਈ, ਪੰਥ ਦਰਦੀਆਂ ਦੇ ਲਈ ਮਾੜੀ ਬਿਰਤੀ ਰੱਖੀ ਹੋਈ ਆ, ਉਹਨੂੰ ਸਮਝਣ ਦੀ ਲੋੜ। ਜਦੋਂ ਜਦੋਂ ਵੀ ਕੌਮ ਦੇ ਵਿੱਚ, ਪੰਥ ਦੇ ਵਿੱਚ ਕੋਈ ਉਭਾਰ ਆਉਣ ਲੱਗਦਾ, ਉਦੋਂ ਬਾਦਲ ਸੈਨਾ ਉਹਨਾਂ ਨੂੰ ਗਾਲਾਂ ਕੱਢਦੀ, IT ਸੈੱਲ ਬਣਾਏ ਹੋਏ। ਤੇ ਸਿੱਖ ਸੰਸਥਾਵਾਂ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਇਆ, ਉਹਨਾਂ ਨੂੰ ਬਾਦਲਕਿਆਂ ਨੇ ਆਪਦੀ ਝੋਲੀ ਚ ਪਾ ਕੇ ਉਹਨਾਂ ਨੂੰ ਪੰਥਕ ਸੋਚ ਵਾਲਿਆਂ ਦੇ ਖਿਲਾਫ਼ ਭੁਗਤਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੈ, ਉਹ ਵੱਖਰੀ ਗੱਲ। ਕਿੱਧਰ ਜਾਈਏ? ਕਹਿਣ ਤੋਂ ਭਾਵ ਇਹ ਕਿ ਸਿੱਖ ਬੜੇ ਕਸੂਤੇ ਫਸੇ ਹੋਏ। ਦੁਸ਼ਮਣ ਨਾਲ ਤਾਂ ਲੜਨਾ ਹੀ ਆ, ਹਕੂਮਤ ਨਾਲ ਲੜਨਾ, ਕਾਂਗਰਸ ਭਾਜਪਾ ਤੇ ਹੋਰ ਜਮਾਤਾਂ ਨਾਲ ਲੜਨਾ ਹੈ, ਪਰ ਅਕਾਲੀ ਦਲ ਬਾਦਲ ਜਿਹੜਾ ਉਹ ਕਿਵੇਂ ਵੱਖਰਾ, ਇਹ ਤਾਂ ਸਮਝ ਨਹੀਂ ਆਇਆ। ਉਹੀ ਸਾਰਾ ਕੁਛ ਇਹ ਕਰਦੇ। ਅੱਜ ਦੇ ਦੌਰ ਵਿੱਚ ਕੁਛ ਹੋਰ ਜ਼ਰੂਰੀ ਬੇਨਤੀਆਂ ਕਰਕੇ ਸਮਾਪਤੀ ਵੱਲ ਨੂੰ ਵਧਣਾ ਹੈ ਕਿ ਬਹੁਤ ਸਾਰੇ ਵਿਦੇਸ਼ਾਂ ਵਿੱਚ ਬੈਠੇ ਨੌਜਵਾਨ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਨਹੀਂ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਮੁਲਕਾਂ ਦਾ ਜਿਹੜਾ ਉੱਥੋਂ ਦਾ ਢਾਂਚਾ, ਪ੍ਰਬੰਧ ਆ, ਸਿਆਸੀ ਤੌਰ ਦੇ ਉੱਤੇ ਮਾਹੌਲ ਆ, ਉਹ ਜੋ ਖੁੱਲ੍ਹਾ ਦਿੰਦਾ ਕਿ ਇੱਥੇ ਬਹਿ ਕੇ ਤੁਸੀਂ ਪੰਥ ਦੀ, ਪੰਜਾਬ ਦੀ, ਖਾਲਿਸਤਾਨ ਦੀ ਗੱਲ ਜਿਵੇਂ ਮਰਜ਼ੀ ਕਰ ਲਓ, ਉਹ ਹੋਰ ਗੱਲ ਹੈ। ਪਰ ਪੰਜਾਬ ਦੇ ਵਿੱਚ ਇੱਥੇ ਅਗਲੇ ਘੜੇ ਦੀ ਮੱਛੀ ਆ, ਚੱਕ ਕੇ ਅੰਦਰ ਮਾਰਦੇ ਕਈ ਭੈਣ ਭਰਾ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਆਗੂ ਨੇ ਬਾਹਰਲੇ ਮੁਲਕਾਂ ਚ ਸਰਗਰਮ, ਉਹਨਾਂ ਨੂੰ ਤਾਂ ਸੱਚਾਈ ਦਾ ਪਤਾ, ਹਕੀਕਤ ਦਾ ਪਤਾ, ਉਹ ਤਾਂ ਨਹੀਂ ਕਹਿੰਦੇ। ਪਰ ਕਈ ਐਵੇਂ ਜਜ਼ਬਾਤੀ ਹੋਏ ਇੱਥੇ ਸੋਸ਼ਲ ਮੀਡੀਆ ਤੇ ਬੱਚਿਆਂ ਨੂੰ, ਨੌਜਵਾਨਾਂ ਨੂੰ ਬਹੁਤ ਜ਼ਿਆਦਾ ਭੜਕਾਹਟ ਪੈਦਾ ਕਰਦੇ ਆ, ਐ ਕਰੋ, ਉਹ ਕਰੋ। ਭਾਈ, ਕੌਮ ਦੀ ਲੜਾਈ ਲੜਨੀ ਆ ਤੇ ਲੜਨੀ ਚਾਹੀਦੀ ਹੈ, ਪਰ ਬੀਤੇ ਦੌਰ ਦੇ ਵਿੱਚ ਦੋ ਤਰ੍ਹਾਂ ਦੇ ਸਿੰਘ ਅਸੀਂ ਉਦੋਂ ਦੇਖੇ। ਇੱਕ ਤਾਂ ਉਹ ਜਿਹੜੇ ਸਿਰਾਂ ਤੇ ਖੱਪਣ ਬੰਨ ਕੇ ਆਪਦੇ ਦਿਲੋਂ ਕੌਮ ਦੀ ਲੜਾਈ ਲੜੇ, ਤੇ ਉਹਨਾਂ ਨੇ ਜੋ ਕੀਤਾ, ਜੇ ਉਹ ਬਚ ਗਏ ਤਾਂ ਉਹਨਾਂ ਨੂੰ ਅੱਜ ਫਖਰ ਕਿ ਜੋ ਕੀਤਾ ਦਿਲੋਂ ਕੀਤਾ, ਤੇ ਜੇ ਸ਼ਹੀਦ ਹੋ ਗਏ, ਉਹਨਾਂ ਦੇ ਮਾਪੇ, ਭੈਣ ਭਰਾ, ਉਹਨਾਂ ਦੇ ਆਲੇ ਦੁਆਲੇ ਸਭ ਕਹਿੰਦੇ ਆ ਵੀ ਆਪਦੀ ਸੋਹਣੀ ਨਿਭਾ ਗਿਆ। ਇੱਕ ਉਹ ਸੀ ਜਿਹੜੇ ਧੱਕੇ ਧਕਾਏ ਜਾਂ ਜਜ਼ਬਾਤੀ ਹੋ ਕੇ ਜਾਂ ਵਹਿਣ ਚ ਬਹਿ ਕੇ ਜਾਂ ਕਿਸੇ ਹੋਰ ਕਾਰਨ ਉਹ ਫਿਰ ਕਮਜ਼ੋਰੀ ਦਿਖਾ ਗਏ। ਉਹਨਾਂ ਵਿੱਚੋਂ ਹੀ ਬਹੁਤੇ ਜ਼ਿਆਦਾ ਗਦਾਰੀਆਂ ਕਰ ਗਏ, ਬਕਾਊ ਹੋ ਗਏ, ਕੈਟ ਬਣ ਗਏ, ਟਾਊਟ ਬਣ ਗਏ।
ਸੋ ਇਸ ਗੱਲ ਦਾ ਬੜਾ ਫਰਕ ਪੈਂਦਾ ਹੈ ਜੇਕਰ ਕੌਮ ਦੀ ਲੜਾਈ ਲੜਨ ਵਾਲਾ 5000 ਸਿੱਖ ਹੋਵੇ ਤੇ 5000 ਦਾ 5000 ਹੀ ਗੱਲ ਤੇ ਖੜ ਕੇ ਪਹਿਰਾ ਦੇ ਜੇ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ। ਪਰ ਜੇ 5000 ਦੀ ਬਜਾਏ 1 ਲੱਖ ਅਸੀਂ ਲੈ ਲਈਏ ਸਿੱਖ ਤੇ 15-20 ਹਜ਼ਾਰ ਦੀ ਅਗਲੇ ਲਿਸਟ ਬਣਾਈ ਫਿਰਨ ਵੀ ਆ ਤਾਂ ਸਾਡੇ ਨਾਲ ਨੇ ਕੀ ਫਾਇਦਾ। ਸੋ ਗਿਣਤੀ ਭਾਵੇਂ ਘੱਟ ਹੋਵੇ ਪਰ ਅੜਨ ਵਾਲੇ, ਖੜਨ ਵਾਲੇ, ਲੜਨ ਵਾਲੇ, ਮਰਨ ਵਾਲੇ ਹੋਣ। ਤੇ ਅੱਜ ਦੀ ਤਰੀਕ ਵਿੱਚ ਇਹ ਗੱਲਾਂ ਕਿਉਂ ਛੇੜੀਆਂ ਨੇ ਕਿ ਖਾੜਕੂਵਾਦ ਤੋਂ ਬਾਅਦ ਵਿੱਚ, ਹਥਿਆਰਬੰਦ ਸੰਘਰਸ਼ ਦੇ ਦੌਰ ਤੋਂ ਬਾਅਦ ਵਿੱਚ ਹੁਣ ਜਨਤਕ ਓਵਰਗਰਾਊਂਡ ਪੀਸਫੁਲ ਡੈਮੋਕਰੇਟਿਕ ਸੰਘਰਸ਼ਾਂ ਦਾ ਦੌਰ ਚੱਲਿਆ। ਹਰ ਜਥੇਬੰਦੀ, ਹਰ ਆਗੂ ਸ਼ਖਸੀਅਤ ਆਪੋ ਆਪਣੇ ਢੰਗ ਤਰੀਕੇ ਨਾਲ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਨਾ ਦੇ ਕੇ ਨਾਲ ਤੋਰਦੀ। ਤੁਰੋ ਉਹ ਜਿਨ੍ਹਾਂ ਦੇ ਲੱਤਾਂ 'ਚ ਜਾਨ ਆ, ਜਿਹੜੇ ਅੜਨ ਵਾਲੇ, ਖੜਨ ਵਾਲੇ, ਲੜਨ ਵਾਲੇ, ਮਰਨ ਵਾਲੇ। ਇਹ ਗੱਲ ਕਿਉਂ ਛੇੜੀ ਹੈ ਕਿ ਪਹਿਲਾਂ ਖਾੜਕੂ ਲਹਿਰ ਮੌਕੇ ਟਾਡਾ ਤੇ ਪੋਟਾ ਵਰਗੇ ਜ਼ਾਲਮ ਕਾਨੂੰਨ ਸੀ, ਅੱਜ ਉਹਨਾਂ ਨੇ UAPA ਵਰਗੇ ਕਾਨੂੰਨ ਲੈ ਆਂਦੇ। ਆ ਸਾਡੀਆਂ ਸਧਾਰਨ ਜੀਆਂ ਗੱਲਾਂ ਦੇ ਬਹਾਨੇ ਹੀ ਅਗਲੇ ਦੇਸ਼ ਖਿਲਾਫ ਜੰਗ ਛੇੜਨ ਦਾ ਪਰਚਾ ਦਰਜ ਕਰਕੇ ਫਾਂਸੀ ਜਾਂ ਉਮਰ ਕੈਦ ਕਰਵਾ ਸਕਦੇ। ਜਿਹਨੂੰ ਪਤਾ, ਜਿਹਦੇ ਦਿਲ ਦੇ ਵਿੱਚ ਅਕਲ ਆ ਸਮਝਬਾਜੀ ਨੂੰ ਕਿ ਭਾਈ ਮੈਂ ਜਿਹੜੇ ਰਾਹ ਪਿਆ ਹੋਇਆ ਵਿੱਚ, ਇਹ 'ਚ ਤਾਂ ਝੂਠਾ ਪਰਚਾ ਬਣਾ ਸਕਦੇ ਆ ਕਿ ਜੀ ਖਾਲਿਸਤਾਨ ਦੇ ਨਾਅਰੇ ਮਾਰਦੇ ਸੀ, ਹਥਿਆਰ ਫੜੇ ਇਹਨਾਂ ਕੋਲ, ਅੱਗੇ ਪੜਾਉਂਦੇ ਰਹੇ ਨੇ। ਤੇ ਇਹੋ ਜਿਹੇ ਸਿੰਘ ਜਿਨ੍ਹਾਂ ਨੂੰ ਪੂਰੀ ਗੱਲ ਦੀ ਦ੍ਰਿੜਤਾ ਨਾਲ ਸਮਝ ਆਓ ਤਾਂ ਫਿਰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਆ ਤੇ ਇਤਿਹਾਸ ਸਿਰਜਦੇ। ਪਰ ਜਿਹੜੇ ਵਿਚਾਰੇ ਕਿਸੇ ਦੇ ਪੰਪ ਚ ਆ ਕੇ ਜਜ਼ਬਾਤੀ ਹੋ ਕੇ ਵਹਿਣ ਚ ਬਹਿ ਕੇ ਧੱਕੇ ਧਕਾਏ ਪੰਗਾ ਲੈ ਬੈਠਦੇ ਆ, ਉਹ ਜਦੋਂ ਕਮਜ਼ੋਰੀ ਦਿਖਾਉਂਦੇ ਆ, ਜਦੋਂ ਉਹ ਪਰਾਲ ਹੁੰਦੇ ਆ, ਜਦੋਂ ਟੁੱਟਦੇ ਆ, ਉਹ ਫਿਰ ਪੂਰੀ ਦੀ ਪੂਰੀ ਕੌਮ ਲਈ ਸ਼ਰਮਨਾਕ ਹਾਲਾਤ ਬਣ ਜਾਂਦੇ। ਸਾਰਿਆਂ ਦਾ ਜ਼ਰੂਰੀ ਨਹੀਂ ਹੁੰਦਾ, ਖਾੜਕੂ ਬਾਅਦ ਚ ਸਾਰੇ ਦੇ ਸਾਰੇ ਸਿੱਖ ਥੋੜੀ ਘਰਾਂ ਚੋਂ ਨਿਕਲੇ ਆਏ ਸੀ, ਬੜੀ ਲੋੜ ਹੁੰਦੀ ਆ ਹੋਰ ਫਰੰਟਾਂ ਤੇ। ਸੋ ਜਿਹੜੇ ਨਹੀਂ ਓਵਰਗਰਾਊਂਡ ਇਸ ਸੰਘਰਸ਼ ਦੇ ਵਿੱਚ ਕੋਈ ਸਿੱਧੀ ਸਪਸ਼ਟ ਭੂਮਿਕਾ ਨਿਭਾਉਣ ਜੋਗੇ, ਉਹਨਾਂ ਕੋਲੇ ਹੋਰ ਬੜੇ ਸਾਧਨ ਨੇ, ਬੜੇ ਤਰੀਕੇ ਨੇ। ਬੜੀ ਲੋੜ ਹੁੰਦੀ ਆ, ਬੜੇ ਰਾਹ ਲੱਭੇ ਹੁੰਦੇ ਆ ਸੇਵਾ ਕਰਨ, ਪਰ ਲਾਈ ਲੱਗ ਪੁਣੇ ਚ ਜਾਂ ਬਾਅਦ ਵਿੱਚ ਇਹ ਕਹਿੰਦੇ ਫਿਰਨਾ ਵੀ ਕਿੱਥੇ ਬਿਪਤਾਂ ਨੂੰ ਫਸੇ। ਇਹ ਤੋਂ ਪਹਿਲਾਂ ਜ਼ਰੂਰੀ ਆ ਕਿ ਆਪਦੇ ਪੈਰਾਂ ਹੇਠ ਆਪਦੇ, ਪਹਿਲਾਂ ਆਪਦੇ ਆਪ ਨੂੰ ਤੋਲੋ, ਆਪਦੇ ਇਤਿਹਾਸ ਨਾਲ ਜੁੜੋ, ਆਪਦੀ ਬਾਣੀ ਨਾਲ ਜੁੜੋ, ਆਪਦੇ ਧਰਮ ਦੇ ਇਤਿਹਾਸ ਤੋਂ ਜਾਣੂ ਹੋਵੇ ਕਿ ਕਿਵੇਂ ਕੁਰਬਾਨੀਆਂ ਕੀਤੀਆਂ। ਇਹੋ ਜਿਹਾ ਇਤਿਹਾਸ ਸਿਰਜੀਏ ਕਿ ਜਿਹੜੇ ਫੜਨ ਵਾਲੇ ਪੁਲਸੀਏ ਆ ਉਹ ਵੀ ਇੱਜ਼ਤ ਕਰਨ ਕਿ ਕਮਾਲ ਦਾ ਸਿੱਖ। ਇਹ ਗੱਲਾਂ ਇਸ ਕਰਕੇ ਕਰਨੀਆਂ ਬਣਦੀਆਂ ਨੇ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਗਾਹ ਪਤਾ ਹੀ ਨਹੀਂ ਹੁੰਦਾ ਵੀ ਉਹ ਨਕਲੀ ਫੇਸਬੁੱਕ ਖਾਤਾ ਬਣਾ ਕੇ ਜਿਹੜਾ ਪੰਪ ਮਾਰ ਰਿਹਾ ਸਾਡੇ ਨਿਆਣਿਆਂ ਨੂੰ ਹੈ ਕੌਣ, ਪਤਾ ਨਹੀਂ ਕਿਹੜੇ CA ਸਟਾਫ ਚੋਂ ਬੈਠਾ ਤੇ ਪਤਾ ਨਹੀਂ ਕਿੱਥੋਂ ਬੈਠਾ। ਸੋਸ਼ਲ ਮੀਡੀਆ ਦੇ ਦੌਰ ਵਿੱਚ ਪਤਾ ਨਹੀਂ, ਸਾਨੂੰ ਕੌਮ ਦੀ ਲੜਾਈ ਅੱਗੇ ਵਧਾਉਣੀ ਚਾਹੀਦੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਸਰਕਾਰ ਦੇ ਟ੍ਰੈਫਿਕ ਨੂੰ ਵੀ ਸਮਝਣ ਦੀ ਲੋੜ ਹੈ। ਬਹੁਤ ਕੁਛ ਚੱਲ ਰਿਹਾ, ਉਹ ਸਾਰੀਆਂ ਗੱਲਾਂ ਦੇ ਬਾਰੇ ਕੀ ਦੱਸੀਏ ਤੇ ਕੀ ਨਾ ਦੱਸੀਏ, ਕਿਉਂਕਿ ਚਾਰੇ ਪਾਸੇ ਹਰ ਪਾਸੇ ਕੋਈ ਨਾ ਕੋਈ ਦੁਸ਼ਮਣ ਜਿਹੜਾ ਹੈਗਾ ਉਹ ਘਾਤ ਲਈ ਬੈਠਾ ਕਿ ਕਦੋਂ ਪੰਥ ਪ੍ਰਸਤ ਸਿੱਖ ਮੇਰੇ ਕਾਬੂ ਆਉਣ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿੱਖ ਆਪਦੀ ਲੜਾਈ ਨੂੰ ਜਾਰੀ ਰੱਖ ਰਹੇ ਨੇ। ਯਕੀਨ ਆ ਕਿ ਬੇਸ਼ੱਕ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ ਤੇ ਹੋਰ ਹੋਣਗੀਆਂ, ਪਰ ਇਹ ਯਕੀਨ ਆ ਕਿ ਇੱਕ ਦਿਨ ਉਹ ਆਊਗਾ
ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਵੀ ਝੰਡਾ ਝੂਲੂਗਾ। ਉਸ ਦਿਨ ਦੀ ਆਸ ਵਿੱਚ ਫਤਿਹ ਅਰਜ ਕਰਦੇ ਹਾਂ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।